ਚੱਲਦਾ ਤੇ ਉੱਥੇ ਸਵੇਰ ਦੇ ਮੁੰਡਾ ਰਾਜੇ 3-4 ਵਜੇ ਹੋਣੇ ਆ ਤਾਂ ਥੋੜਾ ਮੈਨੂੰ ਵੀ ਸੁਸਤੀ ਜਈ ਆ ਤਾਂ ਮੈਂ ਪਹਿਲਾਂ ਹੀ ਮਾਫੀ ਮੰਗਦਾ ਸੇਵਿੰਗ ਪੰਜਾਬ ਜਿਹੜੀ ਸੰਸਥਾ ਆ ਇਹਦੇ ਬਾਰੇ ਮੈਂ ਐਂਡ ਚ ਆ ਕੇ ਦੱਸੂਗਾ ਕਿਉਂਕਿ ਮੈਂ ਮੈਨੂੰ ਲੱਗਦਾ ਕਿ ਜਿਹੜੀ ਅੱਜ ਜਿਹੜੀ ਜ਼ਰੂਰੀ ਆ ਗੱਲ ਕਰਨੀ ਉਹ ਆਪਣੇ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਆ ਉਹ ਸਭ ਤੋਂ ਜ਼ਰੂਰੀ ਆ ਹਾਂਜੀ ਮੈਂ ਆਪਣੀ ਕਹਾਣੀ ਕਿੱਥੋਂ ਸ਼ੁਰੂ ਕਰਦਾ ਪਾਣੀ ਤੋਂ ਪਾਣੀ ਪੰਜ ਦਰਿਆਵਾਂ ਦੀ ਧਰਤੀ ਪੰਜ ਆਪ ਪਾਣੀ ਪਾਣੀ ਕਿਉਂ ਜ਼ਰੂਰੀ ਆ ਤੁਸੀਂ ਪਾਣੀ ਨੂੰ ਦੇਖੋ ਜਿੱਥੇ ਵੀ ਕੋਈ ਆਬਾਦੀ ਵਸੀ ਆ ਪੂਰੀ ਧਰਤੀ ਦੇ ਉੱਤੇ ਉਹ ਪਾਣੀ ਨੂੰ ਮੁੱਖ ਰੱਖ ਕੇ ਵਸੀ ਆ ਕਿਉਂ ਕਿਉਂਕਿ ਜਿੱਥੇ ਪਾਣੀ ਆ ਉੱਥੇ ਜੀ ਆ ਮਹਾਰਾਜ ਕਹਿੰਦੇ ਆ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆ ਕਿ ਉਹ ਪਸਾਓ ਦੇ ਵਿੱਚ ਪਹਿਲਾਂ ਲੱਖ ਦਰਿਆ ਹੋਏ ਕਿਉਂਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋ ਇਹ ਪਾਣੀ ਦੇ ਵਿੱਚੋਂ ਹੀ ਜੀ ਨਿਕਲਦਾ ਹੈ ਤੇ ਪਾਣੀ ਸਾਡੇ ਵਾਸਤੇ ਕਿਉਂ ਜ਼ਰੂਰੀ ਆ ਕਿਉਂਕਿ ਪਾਣੀ ਹੀ ਸਾਡੀ ਹੋਂਦ ਆ ਸਾਡਾ ਜਿਹੜਾ ਸਾਡੀ ਧਰਤੀ ਆ ਪੰਜਾਬ ਉਹ ਪਾਣੀਆਂ ਦੇ ਮੁੱਖ ਤੇ ਆ ਪਰ ਤੁਸੀਂ ਪੂਰੀ ਦੁਨੀਆ ਦੇ ਵਿੱਚ ਕਈ ਮਿਸਾਲ ਆ ਮੈਂ ਤੁਹਾਨੂੰ ਕਈ ਮਿਸਾਲ ਦੱਸਦਾ ਹੁਣ ਚੀਨ ਦੇ ਵਿੱਚ ਇੱਕ ਯੈਲੋ ਰਿਵਰ ਆ ਯੈਲੋ ਰਿਵਰ ਜਿੱਥੇ ਚੀਨ 'ਚ ਆ ਉੱਥੇ ਤਾਂ ਲੋਕ ਜਾ ਕੇ ਵਸੇ ਕਿਉਂਕਿ ਉੱਥੇ ਪਾਣੀ ਸੀਗਾ ਇੱਕ ਰਿਵਰ ਨਾਇਲ ਆ ਇਜਿਪਟ ਦੇ ਵਿੱਚ ਅਤੇ ਉੱਥੇ ਤਾਂ ਆਬਾਦੀ ਵਸੀ ਸੀ ਕਿਉਂਕਿ ਉੱਥੇ ਪਾਣੀ ਸੀ ਯੂਨਾਈਟਿਡ ਨੇਸ਼ਨਸ ਵਾਰ ਦੀ ਇੱਕ ਰਿਪੋਰਟ ਆ ਜਿਹਦੇ ਉੱਤੇ ਉਹਦਾ ਨਾਂ ਹੈਗਾ ਵਾਰ ਔਨ ਵਾਟਰ ਅਤੇ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਗੱਲ ਦੱਸੀ ਆ ਕਿ ਜਿਹੜੀ ਵਰਲਡ ਵਾਰ 3 ਆ ਇਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਆ ਜਿਹੜੀਆਂ ਜੰਗਾਂ ਜੁੱਦਾਂ ਲੜਨੀਆਂ ਇਸ ਧਰਤੀ ਦੇ ਉੱਤੇ ਭਵਿੱਖ ਦੇ ਵਿੱਚ ਉਹ ਤੇਲ ਕਰਕੇ ਨਹੀਂ ਲੜ ਹੋਣੀਆਂ ਉਹ ਲੜ ਹੋਣੀਆਂ ਪਾਣੀ ਕਰਕੇ ਕਿਉਂਕਿ ਪਾਣੀ ਇਕੱਲੀ ਪੰਜਾਬ ਦੀ ਸਮੱਸਿਆ ਨਹੀਂ ਹੈਗੀ ਇਹ ਪੂਰੇ ਦੁਨੀਆ ਦੇ ਵਿੱਚ ਇੱਕ ਸਮੱਸਿਆ ਬਣ ਚੁੱਕੀ ਮਾਇਨ ਲੋਕ ਅਤੇ ਇਜਿਪਸ਼ਨ ਲੋਕ ਆ ਦੋ ਲੋਕ ਇੱਕ ਇਗਜ਼ਾਮਪਲ ਇੱਕ ਮਿਸਾਲ ਆ ਕਿ ਜਿੱਥੇ ਪਾਣੀ ਮੁੱਕ ਗਿਆ ਉੱਥੇ ਆਬਾਦੀ ਮੁੱਕ ਗਈ ਇਹਨਾਂ ਨੇ ਇੰਨੀਆਂ ਇੰਨੀਆਂ ਵੱਡੀਆਂ ਇਮਾਰਤਾਂ ਸਜਾਈਆਂ ਅਤੇ ਅੱਜ ਤੱਕ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਇਮਾਰਤਾਂ ਕਿਉਂ ਸਜਾਈਆਂ ਕਿੱਦਾਂ ਸਜਾਈਆਂ ਕਾਹਤੇ ਸਜਾਈਆਂ ਕਿਉਂਕਿ ਜਦੋਂ ਇਹਨਾਂ ਦਾ ਪਾਣੀ ਮੁੱਕਿਆ ਇਸ ਦੁਨੀਆ ਤੋਂ ਪਾਰ ਹੋ ਗਿਆ ਕਿਉਂਕਿ ਪਾਣੀ ਤੋਂ ਹੀ ਜੀ ਸੀਗਾ ਹਾਂਜੀ ਅਤੇ ਜਿਹੜੀ ਆਪਣੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਹਿਊਮਨ ਰਾਈਟਸ ਦੀ ਗੱਲ ਆ ਜਿਹੜਾ ਪਾਣੀ ਆ ਉਹ ਹਰੇਕ ਬੰਦੇ ਦਾ ਮਨੁੱਖੀ ਅਧਿਕਾਰ ਆ ਇਹ ਆਪਣੀ ਵਾਟਰ ਐਂਡ ਸੈਨੀਟੇਸ਼ਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿੱਚ ਇੱਕ ਪਾਸ ਹੋਈ ਸੀਗੀ 28 July ਨੂੰ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਇੱਕ ਮੁੱਖ ਦੱਸਿਆ ਆ ਕਿ ਹਰੇਕ ਇਨਸਾਨ ਨੂੰ ਇੱਕ ਹਿਊਮਨ ਰਾਈਟ ਉਹਦਾ ਖੁਦ ਉਹਦੀ ਆਪਣਾ ਮਨੁੱਖੀ ਅਧਿਕਾਰ ਆ ਪਾਣੀ ਹਾਂਜੀ ਅਤੇ ਪੰਜਾਬ ਦੇ ਪਾਣੀ ਦੀ ਜਿਹੜੀ ਗੱਲ ਆ ਪੰਜਾਬ ਦੇ ਪਾਣੀ ਦੇ ਉਜਾੜੇ ਦੀ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਮੈਂ ਥੋੜ੍ਹਾ ਇਹਦੀ ਹਿਸਟਰੀ ਤੁਹਾਨੂੰ ਦੱਸਣਾ ਚਾਹੂੰਗਾ ਕਿਉਂਕਿ ਹਿਸਟਰੀ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਆ ਆਹ ਗੁਲਜ਼ਾਰੀ ਲਾਲ ਨੰਦਾ ਗੁਲਜ਼ਾਰੀ ਲਾਲ ਨੰਦਾ ਸਿੰਚਾਈ ਦਾ ਮਿਨਿਸਟਰ ਸੀਗਾ ਅਤੇ ਇਹਨੇ ਦੋ ਪ੍ਰੋਜੈਕਟ ਲੀਕੇ ਪੰਜਾਬ ਦੇ ਵਿੱਚੋਂ ਇੱਕ ਭਾਖੜਾ ਅਤੇ ਇੱਕ ਹਰੀਕੇ ਹਾਂਜੀ ਇਹ ਦੋ ਜਗ੍ਹਾ ਦੇ ਉੱਤੇ ਉਹਨਾਂ ਨੇ ਪਹਿਲਾਂ ਡੈਮ ਲਾਏ ਅਤੇ ਇਹ ਡੈਮ ਲਾਉਣ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਪਾਣੀ ਬੰਨਿਆ ਅਤੇ ਫਿਰ ਬੰਨ ਕੇ ਉਹਨਾਂ ਨੇ ਬਾਹਰ ਭੇਜਿਆ ਇਸ ਵੇਲੇ ਜਦੋਂ ਆਹ ਇਹਨਾਂ ਨੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਇੱਕੋ ਹੀ ਨਹਿਰ ਜਾਂਦੀ ਸੀਗੀ ਕਿਸੇ ਨੂੰ ਪਤਾ ਕਿਹੜੀ ਨਹਿਰ ਜਾਂਦੀ ਸੀ ਇੱਕੋ ਹੀ ਨਹਿਰ ਜਾਂਦੀ ਸੀਗੀ ਰਾਜਸਥਾਨ ਦਾ ਬੀਕਾਨੇਰ ਵਾਲੀ ਉਹ ਬੀਕਾਨੇਰ ਦਾ ਜਿਹੜਾ ਰਾਜਾ ਸੀਗਾ ਮਾਲੀਆ ਦਿੰਦਾ ਸੀਗਾ ਪੰਜਾਬ ਨੂੰ ਕਿ ਮੈਨੂੰ ਪਾਣੀ ਤੁਸੀਂ ਦੇ ਰਹੇ ਹਾਂ ਮਾਲੀਆ ਮੈਂ ਤੁਹਾਨੂੰ ਇਹ ਪੂਰਾ ਕਰਦਾ ਉਸ ਤੋਂ ਬਾਅਦ ਉਹ ਇੱਕੋ ਨਹਿਰ ਤੋਂ ਇਲਾਵਾ ਹੁਣ ਦੇਖਿਓ ਕਿੰਨੀਆਂ ਨਹਿਰਾਂ ਜਾਂਦੀਆਂ ਹਾਂਜੀ ਆਹ ਤੁਸੀਂ ਦੇਖ ਸਕਦੇ ਹਾਂ
ਜਿੱਥੋਂ ਪੰਜਾਬ ਦਾ ਪਾਣੀ ਬੰਨਿਆ ਉੱਥੋਂ ਨਹਿਰ ਕੱਢ ਕੇ ਪੰਜਾਬ ਦਾ ਪਾਣੀ ਬਾਹਰ ਨੂੰ। ਪੰਜਾਬ ਦੀ ਜਿਹੜੀ ਨੈਚੁਰਲ ਐਲੋਕੇਸ਼ਨ ਆਫ ਵਾਟਰ ਆ, ਜਿਹੜਾ ਕੁਦਰਤੀ ਤੌਰ 'ਤੇ ਪੰਜਾਬ ਨੂੰ ਪਾਣੀ ਆ ਰਿਹਾ ਆ ਬਿਆਸ ਤੋਂ, ਰਾਵੀ ਤੋਂ ਅਤੇ ਸਤਲੁਜ ਤੋਂ, ਇਹ ਤਿੰਨ ਦਰਿਆਵਾਂ ਤੋਂ 17.17% ਆ, ਮਿਲੀਅਨ ਏਕਰ ਫੀਟ। ਮਿਲੀਅਨ ਏਕਰ ਫੀਟ, ਇੱਕ ਏਕਰ ਫੀਟ ਦਾ ਮਤਲਬ ਕੀ ਆ ਕਿ ਇੱਕ ਏਕਰ ਦੇ ਵਿੱਚ, ਇੱਕ ਕਿੱਲੇ ਦੇ ਵਿੱਚ ਇੱਕ ਫੁੱਟ ਪਾਣੀ ਭਰਿਆ ਹੋ ਰਿਹਾ। 17 ਮਿਲੀਅਨ ਐਲੋਕੇਸ਼ਨ ਆ ਪੰਜਾਬ ਦੀ। ਪਰ ਪੰਜਾਬ ਨੂੰ ਜਿਹੜਾ ਪਾਣੀ ਮਿਲ ਰਿਹਾ, ਦੋ ਸਲਾਈਡਾਂ ਮਰਜ਼ੀ ਇੱਕ ਹੋਰ ਪਿੱਛੇ ਨੂੰ ਜਾਇਓ, ਪਿੱਛੇ ਤੁਸੀਂ ਦੇਖ ਸਕਦੇ ਆ 17.17 ਮਿਲੀਅਨ ਏਕੜ ਫੀਟ ਦੇ ਵਿੱਚੋਂ ਅੱਜ ਪੰਜਾਬ ਦਾ ਜਿਹੜਾ 75% ਪਾਣੀ ਹੋਰ ਸਟੇਟਾਂ ਨੂੰ ਜਾ ਰਿਹਾ ਹੈ। ਅਤੇ ਅੱਜ ਕੱਲ੍ਹੀ ਇਹ ਪਾਣੀ ਦੀ ਗੱਲ ਇੱਥੇ ਤੱਕ ਨਹੀਂ, ਅੱਗੇ ਜਾ ਇਹ ਗੱਲ ਜਿਹੜੀ ਪੰਜਾਬ ਦੇ ਪਾਣੀਆਂ ਦੀ ਆ, ਇਹ ਅੱਜ ਵੀ ਇੱਕ ਮੁੱਦਾ ਬਣਿਆ ਹੋਇਆ। ਇਹ ਨਹੀਂ ਹੈਗਾ ਕਿ ਉਹਨਾਂ ਨੇ ਪਾਣੀ ਵੰਡ ਦਿੱਤਾ। ਅੱਜ ਵੀ ਜਿਹੜਾ SYL ਦੀ ਕਨਾਲ ਆ, ਤੁਸੀਂ ਅਖਬਾਰਾਂ ਪਾ ਕੇ ਦੇਖ ਲਓ, ਹਫ਼ਤੇ ਬਾਅਦ, ਮਹੀਨੇ ਬਾਅਦ ਕੋਈ ਨਾ ਕੋਈ ਚਰਚਾ ਛਿੜੀ ਜਾਂਦੀ ਹੈ। ਕਿਉਂ? ਉਹ ਕਹਿੰਦੇ ਸੀ ਲੈਣਾ ਆ। ਤੁਸੀਂ ਪਾ ਕੇ ਦੇਖ ਲਿਓ, ਜਿਹੜੇ ਸੱਜਣ ਮਿੱਤਰ ਟਿਕਟੋਕ ਦੇ ਉੱਤੇ ਆ, ਹਰਿਆਣਾ SYL, ਉੱਥੇ ਆਪਣੀਆਂ ਬੀਬੀਆਂ ਉੱਥੇ ਹਰਿਆਣੇ ਦੀਆਂ ਕਰਵਾ ਚੌਥ ਵਾਸਤੇ ਕਹਿ ਰਹੀਆਂ ਕਿ ਮੈਂ ਅਗਲੇ ਸਾਲ ਆਪਣਾ ਵਰਤ SYL ਦੇ ਪਾਣੀ ਨਾਲ ਖੋਲੂੰਗੇ। ਉਹ ਪੂਰੇ ਦਾ ਪੂਰਾ ਤੁਹਾਡੇ ਪਾਣੀ ਦਾ ਹੱਕ ਮੰਗਦੇ ਆ, ਅਤੇ ਕਹਿ ਵੀ ਰਹੇ ਆ ਕਿ ਅਸੀਂ ਹਰ ਹਾਲਤ ਵਿੱਚ ਤੁਹਾਡਾ ਪਾਣੀ ਲੈਣਾ। ਯੂਨਾਈਟਿਡ ਨੇਸ਼ਨਸ ਇਸ ਗੱਲ ਬਾਰੇ ਕੀ ਕਹਿ ਰਿਹਾ ਹੈ ਕਿ ਪਾਣੀ ਦਾ ਕਿਹਦੇ ਉੱਤੇ ਹੱਕ ਹੈ? ਜੇ ਕੋਈ ਦਰਿਆ ਤੁਹਾਡੀ ਸਟੇਟ ਦੇ ਵਿੱਚ ਜਾ ਰਿਹਾ ਹੈ, ਇਹਨੂੰ ਕਹਿੰਦੇ ਆ ਇੰਟਰਨੈਸ਼ਨਲ ਰਿਪੇਰੀਅਨ ਲਾਅ, ਯੂਨਾਈਟਿਡ ਨੇਸ਼ਨਸ ਦੀ ਲਾਅ ਬਣੀ ਹੋਈ ਆ ਕਿ ਜੇ ਇਨਸਾਨ ਕਿਸੇ ਪਾਣੀ ਕਰਕੇ ਉਹਨਾਂ ਨੂੰ ਕੋਈ ਨੁਕਸਾਨ ਮਿਲ ਰਿਹਾ ਆ, ਅਤੇ ਉਹ ਜਿਹੜਾ ਕੁਦਰਤੀ ਪਾਣੀ ਉਹਨਾਂ ਦੇ ਸਟੇਟ ਵੱਲ ਜਾ ਰਿਹਾ ਆ, ਹੱਕਦਾਰ ਉਹ ਪਾਣੀ ਦੇ ਉਹ ਆ, ਅਤੇ ਪੰਜਾਬ ਨੂੰ ਨੁਕਸਾਨ ਹੈ ਦਰਿਆਵਾਂ ਦਾ? ਉਹ ਤਾਂ ਉਦੋਂ ਹੀ ਨੁਕਸਾਨ ਆ ਜਦੋਂ ਉਹਨਾਂ ਨੂੰ ਨਹੀਂ ਪਾਣੀ ਚਾਹੀਦਾ ਅਤੇ ਭਾਖੜਾ ਖੋਲ੍ਹ ਕੇ ਪੰਜਾਬ ਨੂੰ ਡੋਬ ਦਿੰਦੇ ਆ। ਪਰ ਇਹਦੇ ਬਾਰੇ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ, ਪਰ ਪੰਜਾਬ ਹੀ ਕਿਉਂ? ਜੇ ਮੈਂ ਤੁਹਾਡੇ ਮੂਹਰੇ ਆ ਜਾ ਕੇ ਤੁਹਾਡੇ ਨਾਲ ਪੰਜਾਬ ਦੀਆਂ ਗੱਲਾਂ ਕਰਨ ਲੱਗ ਪਵਾਂ, ਹਜੇ ਤਾਂ ਮੈਂ ਤੁਹਾਨੂੰ ਬਹੁਤ ਕੁਛ ਦੱਸਣਾ ਚਾਹੂੰਗਾ, ਪਰ ਜੇ ਮੈਂ ਇੱਥੇ ਖੜ੍ਹ ਕੇ ਤੁਹਾਨੂੰ ਕਹਾਂ ਕਿ ਪੰਜਾਬ ਨਾਲ ਇਹ ਕੁਛ ਹੋ ਰਿਹਾ ਆ, ਪੰਜਾਬ ਦੇ ਨਾਲ ਆਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਅਤੇ ਤੁਹਾਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਤੁਸੀਂ ਤਾਂ ਕਹੋਗੇ ਅਸੀਂ ਤਾਂ, ਮੈਂ ਤਾਂ ਦਿੱਲੀ ਦਾ ਜੰਮ ਪਲਿਆ, ਜਾਂ ਮੈਂ ਤਾਂ ਹੁਣ ਬਾਹਰ ਰਹਿ ਰਿਹਾ ਹਾਂ, ਜਾਂ ਮੈਂ ਤਾਂ ਉੱਥੇ ਹੁਣ ਜਾਂਦਾ ਨਹੀਂ, ਉੱਥੇ ਤਾਂ ਮੇਰਾ ਕੋਈ ਰਿਹਾ ਨਹੀਂ, ਸਾਨੂੰ ਪੰਜਾਬ ਨਾਲ ਕੀ ਲੈਣਾ ਦੇਣਾ? ਅਸਲ ਦੇ ਵਿੱਚ ਗੁਰਾਂ 'ਤੇ ਨਾ ਪੰਜਾਬ ਵੱਸਦਾ, ਗੁਰਾਂ ਦੇ ਨਾਂ 'ਤੇ। ਜਿੱਥੇ ਗੁਰੂ ਨਾਨਕ ਮਹਾਰਾਜ ਪ੍ਰਗਟ ਹੋਏ, ਉਹ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਪ੍ਰਗਟ ਹੋ ਸਕਦੇ ਸੀਗੇ, ਪਰ ਉਹਨਾਂ ਨੇ ਇੱਕ ਉਹ ਸੋ ਮਹਾਰਾਜ ਕਹਿੰਦੇ ਕਿ ਜਿੱਥੇ ਉਹ ਧਰਤੀ ਦੇ ਵਿੱਚ ਉਹਨਾਂ ਦੇ ਪੈਰ ਪਏ ਹੈ, ਉਹ ਧਰਤੀ ਕਿੰਨੀ ਸੁਖਾਲੀ ਹੋਊਗੀ, ਕਿੰਨੀ ਵਧੀਆ ਹੋਊਗੀ, ਜਿੱਥੇ ਮੇਰਾ ਸਤਿਗੁਰ, ਹਾਂਜੀ, ਆਪਣਾ ਸੱਭਿਆਚਾਰ, ਆਪਣੀ ਮਾਂ ਬੋਲੀ ਕਿਉਂ ਜ਼ਰੂਰੀ ਆ? ਇਹਦੇ ਉੱਤੇ ਮੈਂ ਤੁਹਾਨੂੰ ਥੋੜ੍ਹਾ ਬਹੁਤ ਬਾਅਦ ਵਿੱਚ ਦੱਸੂੰਗਾ, ਪਰ ਸੱਭਿਆਚਾਰ, ਮਾਂ ਬੋਲੀ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸੱਭਿਆਚਾਰ ਦੇ ਵਿੱਚ ਬਹੁਤ ਕੁਛ ਚੀਜ਼ਾਂ ਇੱਦਾਂ ਦੀਆਂ ਮਿਲਦੀਆਂ ਜਿਹਦੇ ਸਾਡੀ ਪੂਰਾ ਭਵਿੱਖ ਹੀ ਬਦਲ ਸਕਦੀਆਂ। ਮਾਂ ਬੋਲੀ, ਯੂਨੈਸਕੋ ਦੀ ਇੱਕ ਰਿਪੋਰਟ ਆ, ਉਹ ਕਹਿੰਦੇ ਕਿ ਜੇ ਤੁਸੀਂ ਇੱਕ ਆਬਾਦੀ ਨੂੰ ਬਦਲਣਾ ਆ, ਇਹਦੀ ਭਾਸ਼ਾ, ਇਹਦੀ ਮਾਂ ਬੋਲੀ ਨੂੰ ਬਦਲੋ। ਬਹੁਤ ਜ਼ਰੂਰੀ ਗੱਲ ਹੈ ਸਮਝਣੀ। ਮੈਂ ਇੱਥੇ ਜਦੋਂ ਆ ਰਿਹਾ ਸੀਗਾ, ਮੇਰੀ ਵੈਂਕੂਵਰ ਕੱਲ੍ਹ ਰਾਤੀ ਫਲਾਈਟ ਲੈਂਡ ਹੋਈ ਆ, ਅਤੇ ਤੁਸੀਂ ਹੈਰਾਨ ਹੋਵੋਗੇ, ਮੈਂ ਲੰਡਨ ਚੜ੍ਹਿਆ, ਜਦੋਂ ਮੈਂ ਏਅਰਪੋਰਟ ਦੇ ਟਰਮਿਨਲ ਵੱਲ ਜਾ ਰਿਹਾ ਸੀਗਾ, ਅਤੇ ਉੱਥੇ ਸਾਰੇ ਪੱਗ ਵਾਲੇ ਨੌਜਵਾਨ ਦਿਸੇ ਮੈਨੂੰ। ਮੈਂ ਕਿਹਾ, ਮੈਂ ਟਿਕਟ ਵੱਲ ਦੇਖਿਆ, ਗੇਟ ਵੱਲ ਦੇਖਿਆ, ਮੈਂ ਕਿਹਾ ਇਹ ਤਾਂ ਇੰਡੀਆ ਨੂੰ ਜਾਂਦੀ ਲੱਗਦੀ ਆ ਫਲਾਈਟ। ਜਾਣੀ ਸੀਗੀ ਕਨੈਕਟਿੰਗ ਫਲਾਈਟ UK ਰੁਕੀ, ਜਾਣੀ ਸੀਗੀ ਵੈਂਕੂਵਰ। ਮੈਂ ਤੁਹਾਨੂੰ ਦੱਸਦਾ, 75% 80% ਉਸ ਫਲਾਈਟ ਦੇ ਵਿੱਚ 300 ਬੰਦਿਆਂ ਦੇ ਵਿੱਚੋਂ 80% ਪੰਜਾਬ ਦੇ ਨੌਜਵਾਨ ਸੀਗੇ। ਅਤੇ ਮੇਰੀ ਉੱਥੇ ਜਾ ਕੇ, ਮੈਨੂੰ ਵੀ ਉਹਨਾਂ ਨੇ ਇਹੀ ਸਮਝਿਆ ਕਿ ਪੰਜਾਬ ਦਾ ਕੋਈ ਸਟੂਡੈਂਟ ਆਇਆ ਹੋਣਾ ਮੇਰੇ ਨਾਲ, ਇੱਦਾਂ ਗੱਲਬਾਤ ਕਰਨ ਲੱਗ ਪਿਆ, ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਿਆ। ਅਤੇ ਜਿੱਥੇ ਮੇਰੀ ਸੀਟ
ਇੱਦਾਂ ਜਿੱਥੇ ਬੈਠਾ ਉਹਦੇ ਦੋ ਪੰਜਾਬੀ ਮੁੰਡੇ ਦੋ ਪੰਜਾਬੀ ਪਿੱਛੇ ਮੁੰਡੇ ਬਹਿ ਗਏ ਅਤੇ ਮੈਂ ਉਹਨਾਂ ਨਾਲ ਪੰਜਾਬੀ 'ਚ ਹੀ ਗੱਲ ਕਰਾਂ ਮੈਂ ਉਹਨਾਂ ਨੂੰ ਕਹਾਂ ਕਿ ਤੁਹਾਡਾ ਕਿਹੜਾ ਪਿੰਡ ਕਹਿੰਦਾ ਸਾਡਾ ਫਲਾਣਾ ਪਿੰਡ ਮੇਰਾ ਪੁੱਛਦੇ ਮੈਂ ਕਿਹਾ ਸਾਡਾ ਵੀ ਫਲਾਣਾ ਪਿੰਡ ਅਤੇ ਉਹ ਕਹਿੰਦੇ ਕਿ ਤੁਸੀਂ ਕਿੱਥੇ ਦੇ ਜੰਮ ਪਾਲਿਆ ਮੈਂ ਕਿਹਾ ਮੈਂ ਯੂਕੇ ਦਾ ਜੰਮ ਪਾਲਿਆ ਪਰ ਮੈਂ ਇਸ ਵੇਲੇ ਹੁਣ ਵੈਂਕੂਵਰ ਜਾ ਰਿਹਾ ਹਾਂ ਪਰ ਸਾਡਾ ਪੰਜਾਬ 'ਚ ਦਿਲ ਵੱਸਦਾ ਹੈ ਉਹਨੇ ਮੈਨੂੰ ਪੁੱਛਿਆ ਕਹਿੰਦਾ ਤੁਹਾਨੂੰ ਵੈਂਕੂਵਰ ਬਾਰੇ ਕਿੰਨਾ ਕੁਛ ਪਤਾ ਸੀ ਬੀ ਸੀ ਨੂੰ ਚੱਲਿਆ ਮੈਂ ਕਿਹਾ ਮੈਂ ਇੱਥੇ ਦੋ ਕੁ ਤਿੰਨ ਚੱਕਰ ਮੇਰੇ ਲੱਗ ਚੁੱਕੇ ਆ ਮੈਨੂੰ ਉਹਨੇ ਪਹਿਲਾ ਸਵਾਲ ਕੀ ਪੁੱਛਿਆ ਕਹਿੰਦਾ ਭਾਅ ਜੀ ਉੱਥੇ ਭੁੱਖੀ ਮਿਲ ਜਾਂਦੀ ਆ ਹੱਸਦੇ ਤਾਂ ਜ਼ਰੂਰ ਹੈਗੇ ਆ ਪਰ ਤੁਸੀਂ ਸੋਚੋ ਕਿ ਕਿੱਥੇ ਉਹਨਾਂ ਦਾ ਉਹਨਾਂ ਦੀ ਸੋਚ ਕਿੱਥੇ ਤੱਕ ਚਲੀ ਗਈ ਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਉਹਨੇ ਉਹ ਬਾਅਦ 'ਚ ਜਿਹੜਾ ਮੱਥੇ 'ਤੇ ਸਿਰ 'ਤੇ ਹੱਥ ਇਹਦਾ ਰੱਖ ਰਿਹਾ ਸੀਗਾ ਕਿ ਕਿਹਦੇ ਨਾਲ ਮੈਂ ਆ ਕੇ ਬਹਿ ਗਿਆ ਕਿਉਂਕਿ ਮੈਂ ਤਾਂ ਆਪਣਾ ਫਿਰ ਆਪਣੀ ਕਲਾਸ ਸ਼ੁਰੂ ਕਰਤੀ 10 ਘੰਟਿਆਂ ਦੀ ਫਲਾਈਟ ਸੀਗੀ ਉਹਨੇ ਪਹਿਲਾਂ 15 ਮਿੰਟਾਂ 'ਚ ਪੰਗਾ ਪਾਤਾ ਅਤੇ 10 ਘੰਟੇ ਉਹਨੂੰ ਸਾਰਨਾ ਪਿਆ ਪਰ ਉਹ 10 ਘੰਟਿਆਂ ਦੇ ਵਿੱਚ ਮੈਂ ਉਹਨਾਂ ਦੀ ਤੈਅ ਇੰਨੀ ਕਲਾਸ ਲਾਈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਸਕੂਲ ਨੂੰ ਕੀ ਕਹੀਦਾ ਪੰਜਾਬੀ 'ਚ ਉਹ ਮੇਰੇ ਮੂੰਹ ਵੱਲ ਦੇਖਣ ਕਹਿੰਦੇ ਸਕੂਲ ਨੂੰ ਸਕੂਲ ਹੀ ਕਹੀਦਾ ਤੂੰ ਠੀਕ ਤਾਂ ਹੈਗਾ ਹੈ ਮੈਂ ਕਿਹਾ ਪੰਜਾਬੀ 'ਚ ਕੀ ਕਹੀਦਾ ਸਕੂਲ ਤਾਂ ਅੰਗਰੇਜ਼ੀ ਦਾ ਲਫ਼ਜ਼ ਆ ਸਕੂਲ ਨੂੰ ਕੀ ਕਹੀਦਾ ਕਹਿੰਦੇ ਸਕੂਲ ਅਸੀਂ ਤਾਂ ਸਕੂਲ ਸਕੂਲ ਨਹੀਂ ਕਹਿੰਦੇ ਮੈਂ ਕਿਹਾ ਚਲੋ ਟੀਚਰ ਨੂੰ ਕੀ ਕਹੀਦਾ ਮਾਸਟਰ ਮੈਂ ਕਿਹਾ ਮਾਸਟਰ ਵੀ ਅੰਗਰੇਜ਼ੀ ਦਾ ਲਫ਼ਜ਼ ਕਹਿੰਦੇ ਟੀਚਰ ਜੇ ਤੁਸੀਂ ਕਿਸੇ ਨੂੰ ਬਦਲਣਾ ਉਹਦੀ ਭਵਿੱਖ ਨੂੰ ਬਦਲਣਾ ਉਹਦੀ ਮਾਂ ਬੋਲੀ ਬਦਲੋ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਸਕੂਲ ਨੂੰ ਕੀ ਕਹੀਦਾ ਕਲਮ ਪੈੱਨ ਨੂੰ ਕਹੀਦਾ ਅਤੇ ਇਹ ਪੰਜਾਬ ਤੋਂ ਨੌਜਵਾਨ ਬਾਹਰ ਨੂੰ ਜਾ ਰਹੇ ਆ ਅਤੇ ਇਹ ਇਹਨਾਂ ਨੇ ਪੜ੍ਹਾਈ ਕਾਹਦੀ ਕੀਤੀ ਇਹਨਾਂ ਦਾ ਪੜ੍ਹਾਈ ਘੱਟ ਦਾ ਇੱਕੋ ਹੀ ਕਾਰਨ ਸੀਗਾ ਆਈਲੈਟਸ ਕਰਕੇ ਅਸੀਂ ਬਾਹਰ ਜਾਣਾ ਇਹਦੇ ਉੱਤੇ ਮੈਂ ਗੱਲ ਕਰਦਾ ਹਾਂਜੀ ਅੱਗੇ ਜਾਓ ਅੱਛੀ ਇੱਕ ਪਿੱਛੇ ਜਾਓ ਪਰ ਸਭ ਤੋਂ ਜ਼ਰੂਰੀ ਇਤਿਹਾਸ ਵੀ ਭੁੱਲ ਜਾਓ ਮਾਂ ਬੋਲੀ ਵੀ ਭੁੱਲ ਜਾਓ ਸਭ ਕੁਛ ਭੁੱਲ ਜਾਓ ਮੇਰੇ ਵਾਸਤੇ ਪੰਜਾਬ ਕਿਉਂ ਜ਼ਰੂਰੀ ਹੈ ਇਸ ਵੇਲੇ ਜੇ ਅਸੀਂ ਕਹਿੰਦੇ ਹਾਂ ਪੰਥ ਵਸੈ ਮੈਂ ਉਜੜਾਂ ਸਾਡਾ ਜਿਹੜਾ ਪੰਥ ਆ ਅੱਜ ਕਿੱਥੇ ਵੱਸ ਰਿਹਾ 75% ਸਾਡਾ ਪੰਥ ਹਜੇ ਵੀ ਅੱਜ ਪੰਜਾਬ 'ਚ ਵੱਸ ਰਿਹਾ ਅਤੇ ਜੇ ਮੈਂ ਪੰਜਾਬ ਆਪਣੇ ਸਿੱਖਾਂ ਬਾਰੇ ਸਿੱਖੀ ਬਾਰੇ ਆਪਣੇ ਪੰਥ ਬਾਰੇ ਚਿੰਤਕ ਹਾਂ ਤਾਂ ਪੰਜਾਬ ਤਾਂ ਮੇਰੇ ਵਾਸਤੇ ਤਾਂ ਪਿਆਰਾ ਹੈ ਹਾਂਜੀ ਅੱਗੇ ਜਾਓ ਮੈਂ ਤੁਹਾਨੂੰ ਮਾੜਾ ਜਿਹਾ 2-3 ਸਲਾਈਡਾਂ ਦੇ ਵਿੱਚ ਪੰਜਾਬ ਦੀ ਹਿਸਟਰੀ ਦਾ ਤੁਸੀਂ ਸਾਰੇ ਜਾਣੂ ਹੋਵੋਗੇ ਅਤੇ ਇਹ ਇੱਕ ਲੰਬਾ ਵਿਸ਼ਾ ਹੈ ਪਰ ਮੈਂ ਤੁਹਾਨੂੰ ਮਾੜਾ ਜਿਹਾ ਇੱਕ ਟ੍ਰੇਲਰ ਹੀ ਦਿਖਾਉਣਾ ਕਿ ਸਾਡੇ ਨਾਲ ਕੀ ਅਨਿਆਇ ਹੋਇਆ ਸਾਡੇ ਨਾਲ ਕੀ ਬੇਇਨਸਾਫੀ ਹੋਈ ਸਾਡੇ ਨਾਲ ਕੀ ਉਹਨਾਂ ਨੇ ਕੀਤਾ ਜਿੱਥੇ ਤੱਕ ਕੀ ਸਾਡਾ ਰਾਜ ਸੀਗਾ ਤੁਸੀਂ ਸਾਰੇ ਰਾਜਿਆਂ ਦੇ ਵਾਰਸ ਹੋ ਅਤੇ ਰਾਜ ਤੋਂ ਲੈ ਕੇ ਅੱਜ ਤੱਕ ਸਾਡੀ ਕੀ ਕਹਾਣੀ ਹੈ ਹਾਂਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਸਿੱਖਾਂ ਦਾ ਰਾਜ ਸੀਗਾ ਪੰਜਾਬ ਤੁਸੀਂ ਦੇਖ ਸਕਦੇ ਹਾਂ ਸਿੱਖਾਂ ਦਾ ਰਾਜ ਕਿੰਨਾ ਵੱਡਾ ਕਿੱਥੇ ਤੱਕ ਸੀਗਾ ਇਹ ਕਈ ਤੁਹਾਡੇ ਕੋਲ ਤੱਥ ਅਸੀਂ ਲਿਖੇ ਹੋਏ ਆ ਕਿ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਪਰ ਮੈਂ ਇਹਨੂੰ ਥੋੜ੍ਹਾ ਸੰਖੇਪ 'ਚ ਦੱਸੂੰਗਾ ਹਾਂਜੀ ਅੱਗੇ ਜਾਓ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਸੀਂ ਦੇਖੋ ਅਤੇ ਕਿਸੇ ਮੁਲਕ ਨਾਲ ਹੁਣ ਤੁਸੀਂ ਤਾਲਮੇਲ ਖਾਣਾ ਚਾਹੋਗੇ ਕਿਹੜੇ ਮੁਲਕ ਨਾਲ ਤਾਲਮੇਲ ਖਾ ਸਕਦੇ ਹੋ ਜੇ ਤੁਸੀਂ ਇੰਗਲੈਂਡ ਦੀ ਧਰਤੀ ਹਾਲੈਂਡ ਦੀ ਧਰਤੀ ਨਿਊਜ਼ੀਲੈਂਡ ਦੀ ਧਰਤੀ ਇਟਲੀ ਦੀ ਧਰਤੀ ਸਾਰੀਆਂ ਧਰਤੀਆਂ ਨੂੰ ਇਕੱਠੀਆਂ ਕਰਕੇ ਇਹਦਾ ਜਿਹੜਾ ਭੂਗੋਲਿਕ ਖੇਤਰ ਆ ਜੀਓਗ੍ਰਾਫਿਕਲ ਏਰੀਆ ਆ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲੋਂ ਛੋਟਾ ਸੀਗਾ ਕੀ ਹੋਇਆ ਅੰਗਰੇਜ਼ ਆਏ ਅੰਗਰੇਜ਼ਾਂ ਨੇ ਆਪਣੇ ਪੰਜਾਬ ਦਾ ਇੱਕ ਹਿੱਸਾ ਤੋੜ ਦਿੱਤਾ ਹਾਂਜੀ ਅਤੇ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਿਹਨੇ ਲੜਿਆ ਤੁਹਾਡੇ ਦਾਦਿਆਂ ਪਰਦਾਦਿਆਂ ਨੇ ਗਦਰੀ ਬਾਬਿਆਂ ਨੇ ਇਸ ਧਰਤੀ ਤੋਂ ਜਿਹੜੇ ਗਏ ਬੱਬਰ ਅਕਾਲੀਆਂ ਨੇ ਕਰਤਾਰ ਸਿੰਘ ਸਰਾਭਿਆਂ ਨੇ ਜਿਨ੍ਹਾਂ ਨੇ ਜਾ ਕੇ ਉੱਥੇ ਕਿੱਦਾਂ ਗੋਰਿਆਂ ਦੀ ਜੜ ਪੱਟੀ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਮੈਂ ਨਹੀਂ ਆਪਣੇ ਵੱਲੋਂ ਗੱਲ ਕਹਿ ਰਿਹਾ ਇਹਦੇ ਤੱਥ ਸਾਰੇ ਦੱਸ ਰਹੇ ਆ ਕਿ ਜੋ ਉੱਥੇ ਪੰਜਾਬ ਦੇ ਵਿੱਚ ਜੋ ਕੁਛ ਹੋਇਆ ਕਿ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਕਾਲਾ ਪਾਣੀ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਸਿੱਖਾਂ ਨੇ ਅਤੇ ਪੰਜਾਬੀਆਂ ਨੇ ਕੀਤੀਆਂ ਸਾਡਾ ਮੁਲਕ ਹੀ ਪਿਆ ਇਸ ਕਰਕੇ ਹਾਂਜੀ ਮੁਲਕ ਹੀ ਪਿਆ ਜਿਹੜਾ ਸਾਡਾ ਸਾਡੀ ਸਟੇਟ ਸੀਗੀ ਪੰਜਾਬ ਅਸਲ ਦੇ ਵਿੱਚ ਭਾਰਤ ਦੀ ਨਹੀਂ ਵੰਡ ਹੋਈ
ਵੰਡ ਹੋਈ ਪੰਜਾਬ ਦੀ। ਅੱਜ ਵੀ ਤੁਸੀਂ ਪਾਕਿਸਤਾਨ ਪੰਜਾਬ 'ਚ ਜਾ ਕੇ ਪੁੱਛੋ ਬਜ਼ੁਰਗਾਂ ਨੂੰ, ਉਹ ਤਾਂ ਕਹਿੰਦੇ ਆ ਕਿ ਸਾਨੂੰ ਤਾਂ ਉਹ ਜਲੰਧਰ ਲੁਧਿਆਣਾ, ਉਹ ਤਾਂ ਸਾਨੂੰ ਚੰਡੀਗੜ੍ਹ ਉਹ ਅੱਜ ਵੀ ਪਿਆਰਾ ਹੈ। ਉੱਥੇ ਜਾ ਕੇ ਪੰਜਾਬੀਆਂ ਪੁੱਛੋ ਕਿ ਪੰਜਾਬ ਕਿਹਨੂੰ ਪਿਆਰਾ ਹੈ, ਪੰਜਾਬ ਤਾਂ ਪੰਜਾਬੀਆਂ ਨੂੰ ਪਿਆਰਾ ਹੈ। ਜਿਹਨਾਂ ਨੇ ਵੰਡੀ ਕੀਤੀ ਉਹਨਾਂ ਨੂੰ ਤਾਂ ਨਹੀਂ ਪੰਜਾਬ ਪਿਆਰਾ ਸੀਗਾ। ਅਤੇ ਵੰਡੀ ਦੇ ਵਿੱਚ ਹੋਇਆ ਕੀ, 40% ਸਿੱਖਾਂ ਦੀ ਆਬਾਦੀ ਉਸ ਵੇਲੇ ਬੇਘਰ ਹੋਈ ਅਤੇ 2% ਤੁਹਾਡੀ ਕੌਮ ਮਾਰੀ ਗਈ। ਇਹ ਤੁਸੀਂ ਮੁੱਲ ਪਾਇਆ ਕੁਰਬਾਨੀਆਂ ਦੇਣ ਦਾ। ਹਾਂਜੀ, ਇਸ ਤੋਂ ਬਾਅਦ ਰੀਆਰਗਨਾਈਜੇਸ਼ਨ ਹੁੰਦੀ ਆ ਪੂਰੇ ਭਾਰਤ ਦੀ। ਕਾਹਤੇ ਹੁੰਦੀ ਆ, ਆਪਣੀ ਭਾਸ਼ਾ ਦੇ ਉਦਾਰਕ, ਜਿੱਥੇ ਗੁਜਰਾਤੀ ਬੋਲਦੇ ਸੀਗੇ ਉੱਥੇ ਗੁਜਰਾਤ ਬਣਾਇਆ ਗਿਆ, ਜਿੱਥੇ ਬਿਹਾਰੀ ਬੋਲਦੇ ਸੀਗੇ ਉੱਥੇ ਬਿਹਾਰ ਬਣਾਇਆ ਗਿਆ, ਅਤੇ ਇੱਕ ਸੂਬਾ ਸੀਗਾ ਜਿੱਥੇ ਉਹਨਾਂ ਨੇ ਨਈ ਭਾਸ਼ਾ ਲਾਗੂ ਕੀਤੀ, ਕਿਹੜਾ ਸੀਗਾ, ਪੰਜਾਬ। ਤੁਹਾਡੇ ਨਾਲ ਫਿਰ ਇਹਨੇ ਆਏ ਜਿਹੜੇ ਕਹਿੰਦੇ ਸੀਗੇ ਕਿ ਸਿੱਖ ਵੀ ਆਪਣੇ ਰਾਜ ਦਾ ਨਿੱਘ ਮਾਣੂਗੇ, ਉਹੀ ਤੁਹਾਡੀ ਮਾਂ ਬੋਲੀ ਦੇ ਉੱਤੇ ਬਾਅਦ ਵਿੱਚ ਹਮਲਾ ਕਰ ਰਹੇ ਆ ਕਿ ਨਹੀਂ ਇਹ ਤਾਂ ਤੁਹਾਡੀ ਭਾਸ਼ਾ, ਇਹ ਤਾਂ ਤੁਹਾਡੀ ਘੱਟ ਗਿਣਤੀ ਹੈ ਜਿਹੜੀ ਤੁਹਾਡੀ ਆ ਭਾਸ਼ਾ ਬੋਲਦੇ ਆ। ਉਸ ਤੋਂ ਬਾਅਦ ਇੱਕ ਲਹਿਰ ਚੱਲਦੀ ਆ ਪੰਜਾਬੀ ਸੁਭਾ ਲਹਿਰ। ਇਸ ਸੁਭਾ ਲਹਿਰ ਦੇ ਵਿੱਚੋਂ ਸਾਡੇ ਕਈ ਸ਼ਹੀਦ ਹੋ ਜਾਂਦੇ ਆ, ਕਈਆਂ ਨੇ ਕਈ ਕਈ ਸਾਲ ਜੇਲ੍ਹਾਂ ਕੱਟੀਆਂ। ਕਿਉਂ? ਕਿਉਂਕਿ ਉਹ ਚਾਹੁੰਦੇ ਆ ਕਿ ਸਾਡੀ ਮਾਂ ਬੋਲੀ ਮੁੱਖ ਹੋਣ, ਪੰਜਾਬੀ ਸੁਭਾ ਲਹਿਰ। ਅਤੇ ਉਹ ਬਣਾ ਦਿੰਦੇ ਆ ਇੱਕ, ਤੁਹਾਡੇ ਨਾਲ ਇੱਕ ਡੀਲ ਬਣਾਉਂਦੇ ਆ ਕਿ ਤੁਹਾਡਾ ਇੱਕ ਸੁਭਾ ਦੇ ਦਿੰਦੇ ਆ ਜਿਹੜਾ ਨਾਂ ਅਸੀਂ ਪੰਜਾਬ ਰੱਖਦੇ ਹਾਂ, ਪਰ ਉਹ ਛੋਟਾ ਕਰਕੇ 30% ਕਰਕੇ। ਅਤੇ ਉਸ ਵੇਲੇ ਦੇ ਲੀਡਰ ਕੀ ਸੋਚਦੇ ਆ, ਸਾਨੂੰ ਆਪਣਾ ਰਾਜ ਪਿਆਰਾ ਜਿਹੜਾ ਹਿਮਾਚਲ ਹਰਿਆਣਾ ਪਿਆਰਾ ਆ, ਜਾਂ ਸਾਨੂੰ ਆਪਣੀ ਮਾਂ ਬੋਲੀ ਪਿਆਰੀ ਆ। ਅਤੇ ਉਹਨਾਂ ਨੇ ਮਾਂ ਬੋਲੀ ਨੂੰ ਚੁਣ ਕੇ ਪੰਜਾਬ ਛੋਟਾ ਸੁਭਾ ਬਣਾ ਕੇ ਉਹ ਕਬੂਲ ਕਰ ਦਿੱਤਾ। ਹਾਂਜੀ, ਪਰ ਇਸ ਤੋਂ ਇਲਾਵਾ ਉਹਨਾਂ ਨੇ ਜਦੋਂ ਆਹ ਵੰਡੀ ਕੀਤੀ ਹਰਿਆਣੇ ਦੀ, ਜਿਹਨੂੰ ਟ੍ਰਾਈਫਿਕੇਸ਼ਨ ਵੀ ਕਹਿੰਦੇ ਆ, ਉਸ ਦੇ ਵਿੱਚ ਜਿਹੜੇ ਹਿਮਾਚਲ ਦੇ ਵਿੱਚ ਪੰਜਾਬ ਦੇ ਡੈਮ ਸੀਗੇ ਉਹ ਪੰਜਾਬ ਤੋਂ ਬਾਹਰ ਰੱਖੇ ਗਏ। ਅਤੇ 1966 ਰੀਓਰਗਨਾਈਜੇਸ਼ਨ ਐਕਟ ਦੇ ਵਿੱਚ ਉਹਨਾਂ ਨੇ 3 ਕਲੋਜ਼ ਪਾਏ। ਮੈਂ ਇੰਟਰਨੈਸ਼ਨਲ ਰਿਪੇਰੀਅਨ ਲਾਅ ਦੀ ਗੱਲ ਕੀਤੀ, ਸੰਵਿਧਾਨ ਦੀ ਗੱਲ ਕੀਤੀ, ਪਾਣੀ ਦੀ ਗੱਲ ਕੀਤੀ ਆ, 3 ਲਾਅ ਪਾਏ। ਇਹ 3 ਲਾਅ ਪਾਉਣ ਦਾ ਕਾਰਨ ਕੀ ਸੀਗਾ, ਇਹ ਕੌਨਸਟੀਟਿਊਸ਼ਨਲੀ ਚੇਂਜ ਕੀਤੀ ਪਹਿਲੀ ਵਾਰੀ ਇੰਡੀਆ ਦੇ ਵਿੱਚ ਕਿ ਜਿਹੜਾ ਇੱਕ ਸਟੇਟ ਦਾ ਸਬਜੈਕਟ ਜਿਹੜਾ ਹੁੰਦਾ ਆ, ਪਾਣੀ ਸਟੇਟ ਦਾ ਸਬਜੈਕਟ ਆ। ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਸਾਰੀਆਂ ਸਟੇਟਾਂ ਦੇ ਵਿੱਚ ਜੇ ਉਹਨਾਂ ਨੇ ਕੋਈ ਨਹਿਰ ਪੱਟਣੀ ਆ, ਕੋਈ ਖੂਹ ਪੱਟਣਾ ਆ, ਉਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ, ਸਟੇਟ ਦਾ ਫੈਸਲਾ ਹੁੰਦਾ ਹੈ ਕਿ ਆਹ ਕਰਨ ਲੱਗਿਆ। ਪੰਜਾਬ ਤੋਂ ਇਲਾਵਾ ਕੌਨਸਟੀਟਿਊਸ਼ਨ ਦੇ ਵਿੱਚ ਇੱਕ ਚੇਂਜ ਕੀਤੀ ਗਈ ਕਿ ਪੰਜਾਬ ਦਾ ਦਰਿਆਵੀ ਪਾਣੀ ਪੰਜਾਬ ਦੇ ਅਧਿਕਾਰ ਦਾ ਨਹੀਂ ਹੈਗਾ, ਸੈਂਟਰਲ ਸਰਕਾਰ ਕੰਟਰੋਲ ਕਰਦੀ ਹੈ। ਪੰਜਾਬ ਦੇ ਜਿਹੜੇ ਹੈੱਡਵਰਕਸ ਆ, ਭਾਖੜਾ ਹਰੀਕੇ, ਉਹ ਪੰਜਾਬ ਦਾ ਅਧਿਕਾਰ ਨਹੀਂ ਹੈਗਾ, ਉਹ ਹੈਗਾ ਸੈਂਟਰਲ ਸਰਕਾਰ 'ਤੇ। ਇਹ ਤੁਹਾਡੇ ਨਾਲ ਪਹਿਲਾਂ ਬੇਇਨਸਾਫੀ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ। ਅਤੇ ਉਹਨੂੰ ਉਸ ਵੇਲੇ ਦੇ ਜਿਹੜੇ ਆਪਣੇ ਮਾਰ ਸੀਗੇ, ਪੜ੍ਹੇ ਲਿਖੇ ਸੀਗੇ, ਉਹਨਾਂ ਨੇ ਇਹ ਕਿਹਾ ਕਿ ਇਹ ਅਨਕੋਨਸਟੀਟਿਊਸ਼ਨਲ ਆ, ਇਲੀਗਲ ਆ, ਅਤੇ ਅਗੇਂਸਟ ਇੰਟਰਨੈਸ਼ਨਲ ਰਿਪੇਰੀਅਨ ਲਾਜ਼ ਆ। ਇਹ ਉਸ ਵੇਲੇ ਦੀ ਵਰਲਡ ਬੈਂਕ ਨੇ ਇਹ ਗੱਲ ਕਹੀ ਸੀਗੀ ਕਿ ਇਹ ਬਹੁਤ ਗੈਰ ਕਾਨੂੰਨੀ ਆ। ਹਾਂਜੀ, ਉਸ ਤੋਂ ਬਾਅਦ ਕੀ ਹੁੰਦਾ, ਇੱਥੇ ਆਪਣੇ ਭਾਈ ਸਾਹਿਬ ਨੇ ਸੰਤ ਜੀ ਬਾਰੇ ਕਾਫੀ ਕੁਛ ਕਿਹਾ ਕਿ ਇਹ ਇੱਕ ਮਨੁੱਖੀ ਅਧਿਕਾਰਾਂ ਦੇ ਇੱਕ ਐਕਟਿਵਿਸਟ ਸੀਗੇ, ਸੇਵਕ ਸੀਗੇ। ਗੱਲ ਬਿਲਕੁਲ ਸਹੀ ਹੈ। ਕਿਉਂ ਸੀਗੇ, ਉਹਨਾਂ ਦੀ ਸਾਰੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ, ਉਹ ਕਹਿੰਦੇ ਕਿੱਥੋਂ, ਗੱਲ ਕਿੱਥੋਂ ਸ਼ੁਰੂ ਕਰਦੇ ਆ ਕਿ ਪੰਜਾਬ ਦਾ ਜਿਹੜਾ ਪਾਣੀ ਆ ਪੰਜਾਬ ਵੱਲ ਲਿਆਇਆ ਜਾਵੇ, ਪੰਜਾਬ ਦੀ ਮਾਂ ਬੋਲੀ ਮੁੱਖ ਰੱਖੀ ਜਾਵੇ। ਅਨੰਦਪੁਰ ਮਤਾ, ਅਨੰਦਪੁਰ ਮਤਾ ਇਕੱਲਾ ਸਿੱਖਾਂ ਵਾਸਤੇ ਨਹੀਂ ਸੀਗਾ। ਜੇ ਪੰਜਾਬ ਦਾ ਪਾਣੀ ਪੰਜਾਬ ਨੂੰ ਆਉਂਦਾ ਸੀ ਮੁੜ ਕੇ, ਇਕੱਲੇ ਸਿੱਖਾਂ ਨੇ ਨਹੀਂ ਪੀਣਾ ਸੀਗਾ। ਜੇ ਭਾਸ਼ਾ ਬਚਦੀ ਆ, ਇਕੱਲੇ ਪੰਜਾਬੀ ਸਿੱਖ, ਇਕੱਲੇ ਸਿੱਖ ਨਹੀਂ ਬੋਲਦੇ ਪੰਜਾਬੀ। ਪਰ ਇਹ ਜਿਹੜੀ ਗੱਲ ਉਹ ਕਿੱਥੋਂ ਕਿੱਥੋਂ ਜਾਂਦੀ, ਧਰਮ ਯੁੱਧ ਮੋਰਚੇ ਤੋਂ ਬਾਅਦ 78 ਦਾ ਸਾਕਾ ਹੁੰਦਾ ਹੈ, ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਮੁੱਖ ਰੱਖਦਾ ਹੈ। ਅਤੇ ਧਰਮ ਯੁੱਧ ਮੋਰਚਾ ਕਿੱਥੋਂ ਸ਼ੁਰੂ ਹੁੰਦਾ ਆ, ਕਿਸ ਨੂੰ ਪਤਾ, ਕਿਹੜੇ ਮੋਰਚੇ ਤੋਂ? ਕਪੂਰੀ ਦੀ ਮੋਰਚੇ ਤੋਂ। ਅਤੇ ਕਪੂਰੀ ਦਾ ਮੋਰਚਾ ਕੀ ਸੀਗਾ, SYL ਸਤਲੁਜ ਯਮੁਨਾ ਲਿੰਕ ਕਨਾਲ ਦੀ ਜਿਹੜੀ ਉੱਥੋਂ ਸ਼ੁਰੂਆਤ ਹੋਣੀ ਸੀਗੀ ਕਿ ਪੰਜਾਬ ਦਾ ਪਾਣੀ ਹੋਰ ਬਾਹਰ ਲਿਜਾਇਆ ਜਾਵੇ।
पर इत्थे मैं एक सवाल पुछदा मेरी अपनी कौम नूं, तुसी मेरी कौम है, तुसी मेरा पंथ है, जे मैनू अज कोई आके इत्थे एक चपेड़ मार दे पटके ते मैं इत्थे खड़ के कहां 40 साल कि मैं कदी ना भुलूंगा, कदी ना भुलूंगा मेरे चपेड़ पे, पर मैं पुछा ही ना कि मैनू मारिया क्यों, ये तो हुण मेरी गलती होगी। जिहड़ा मुद्दा सीगा पंजाब दे पाणियां दा, आनंदपुर मते दा, धर्म युद्ध मोर्चे दा, वो अगे गया, वो तो उत्थे दा उत्थे आ, मैं तो क्या इहदे नालों भी पिछे चले गया है, वो तो असीं भुल गए। पंजाब दे जिहड़े मनुखी अधिकारां दी गल हो रही सीगी उस वेले, वह तो भुल गए। हाँ 84 नूं तां असीं जरूर याद करदे, करना साडा हक है, सानूं करना भी चाहिए, पर सानूं ये गल नहीं भुलनी चाहिए कि असीं 84 साडे नाल होए क्यों, हुई साडे नाल तां सीगी क्योंकि असीं अपना पाणी मंगदे सीगे, ते उहनां ने कहा कि इहनां नूं दबाओ, इहनां दा ध्यान उधरले पासे पा दो, इहनां ने अपना पाणी दा की मंगना, इहनां तों उद्दां ही नहीं इह इस पक्खों निकल सकदे। हाँ जी, ते अज जिहड़ा पंजाब आ 6% रह गया, 50,000 स्क्वायर किलोमीटर 6% रह गया जिहड़ा महाराजा रणजीत सिंह दा राज सीगा, 6%। हाँ जी, अज दा पंजाब वो हैगा एक तुसीं कि इहदा भूगोलिक खेतर, जदों मैं हुण तुहानूं आ तत्त दिखाउण जा रहा पंजाब दे अज मौजूदा हालात दे, इह तुसीं मुख रखणा, ये तुसी याद रखना कि जिहड़ियां मैं तुहानूं चीज़ां दसन जा रहा हाँ, एक छोटे जे सूबे की गल हो रही है जिथे 75% तुहाडी कौम रहिंदी है, जिहड़ी आबादी कल्ली 2% है पूरे भारत विचों, कल्ली 2% अते 1.5% भूगोलिक खेत्र की गल हो रही है, बहुत छोटा जिहा सूबा। हाँ जी, ते पंजाब दे विच जिन्ने भी मुद्दे आ, एक एक मुद्दा तुसी सोच सकते हैं वो एक होर मुद्दे नाल जुड़ता है। मैं तुहानूं एक इत्थे एग्जाम्पल दिंदा, तुसी पानी दे मुद्दे नूं सोच लो, पानी नहीं हैगा तो सेहत दीआं बीमारियां, पानी नहीं हैगा तो कर्जा, पानी नहीं हैगा तो किसानी खुदकुशी, पानी नहीं हैगा तो मानसिक रोगता, इकला कला मुद्दा होर मुद्दों नाल जुड़ता है, तो यदा इको एक हल अज नौजवानों मिल रहा है, अज लोगों मिल रहा है कि यदा एको एक हल आ प्रवास, कि मैं पंजाब च रह के मेरा नहीं, मैं नहीं इतने जो सकता, मैं बहर जाना, उ कि असी बहर चलिए। हाँ जी, पर असी पंजाब के मुद्दों पांच हिस्सों वंड के यदि गलबात कर रहे, मैं ये उत्ते ज़्यादा ध्यान नहीं देना। हाँ जी, अगे पहले दो मुद्दों से असी गल शुरुआत की, इतों असी कंटिन्यू करते हैं पंजाब के पानिया की गल। हाँ जी, पंजाब का पानी बंडिया गया, की होया फिर की हो गया, होर स्टेटा भी पंजाब के होर स्टेटा भी पानी की लड़ है, पंजाब तो नहीं कला अधिकार है अपने पानिया का, चलो मैं गल मानता थोड़ी, पर जे पंजाब की लड़ पूरी होंगी सी तो जायज सगा पानी बार भेजना, पंजाब की लड़ नहीं पूरी होंगी। हाँ जी, की होया जिन्हू भारत का अन्नदाता तुसी आखते हैं उन्हूं लोड़ क्यों सीगी, क्योंकि वह किसानी कर रहा है, उन्हें अपने फसलों को पानी देना सर, तो जिहड़ी नहरी सिंचाई होंदी सीगी पंजाब दे विच तुसी देख सकते हैं नहरी सिंचाई घटती 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 गई, तो की उन्होंने लिया पंजाब दे विच ट्यूबवैला की होंदी है, सबमर्सिबल हेठ वो पानी खिंचो तो उही वरती जाओ, क्यों, क्योंकि नहर नहर तो सुक गई, दरिया सुक गए, नहर सुक गई, खल सुक गए, तो थोड़े पानी ज पानी आना कितों आ, फिर पानी का तुम फिर हेठों कटो। अज मैं एक गल पता लगी, कल पता लगी कि जिहड़ी इंदिरा गांधी फीडर कनाल आ जिहड़ा एक पूरे भारत का सब तो लंबा सिंचाई का प्रोजेक्ट आ, जिहड़ा हरीके तो लैके जसल नहर तक नहर जाती है पंजाब का पानी लैके, जिथे एक रेगिस्तान मारू थाल वर्गी जगह सी अज जंगल लगा पाया उत्थे पंजाब दे पानी आ गया, ते ओ किदा पानी लगे साध संगत जी, एक कला दरिया भी पानी नहीं लगे, जे शायद जेडे पंजाब दे जमे पले आ जे उन्होंने देखिया उन्होंने इस गलबात का पता होगा, जिहड़ा हरीके तो जिहड़ी नहर जाती है इंदिरा गांधी वाली, उहदे नाल नाल उन्होंने ट्यूबवैल लाइया वड्डियां मोटियां
ਉਹ ਪਾਣੀ ਥੱਲੋਂ ਖਿੱਚ ਕੇ ਉਹ ਨਹਿਰ 'ਚ ਪਾਉਂਦੇ ਆ, ਅਤੇ ਉਹ ਜਿਹੜਾ ਜ਼ਮੀਨੋਂ ਪਾਣੀ ਵੀ ਖਿੱਚ ਕੇ ਬਾਹਰ ਜਾ ਰਿਹਾ ਤੁਹਾਡਾ। ਇਕੱਲਾ ਦਰਿਆਵੀ ਪਾਣੀ ਨਹੀਂ ਤੁਹਾਡਾ ਬਣ ਰਿਹਾ, ਜ਼ਮੀਨੋਂ ਹੇਠੋਂ ਖਿੱਚ ਕੇ ਪਾਣੀ ਉਹ ਵੀ ਦਰਿਆ ਭਰ ਕੇ ਨਹਿਰ ਭਰ ਕੇ ਉਹ ਵੀ ਰਾਜਸਥਾਨ ਨੂੰ ਭੇਜ ਰਿਹਾ। ਇਸ ਤੋਂ ਕੀ ਹੋਇਆ, ਉਹਨਾਂ ਨੇ ਪਹਿਲਾਂ ਇੱਕ ਪੋਲਿਸੀ ਲਾਗੂ ਕੀਤੀ, ਫਰੀ ਇਲੈਕਟ੍ਰਿਸਿਟੀ ਪੋਲਿਸੀ, ਕਿ ਜਿਹੜਾ ਬਿਜਲੀ ਤੁਹਾਡੀ ਟਿਊਬਵੈੱਲ ਦੀ ਮੁਫਤ ਕੀਤੀ ਜਾਣ, ਕਿ ਦਿਨ ਰਾਤ ਕੋਈ ਨਾ ਲਾਈ ਰੱਖੋ, ਖਿੱਚੀ ਜਾਓ ਪਾਣੀ, ਜਿੰਨਾ ਵੀ ਖਿੱਚ ਸਕਦੇ ਆ ਪਾਣੀ ਖਿੱਚੀ ਜਾਓ। ਅਤੇ ਤੁਸੀਂ ਜੇ ਪਾਣੀ ਖਿੱਚਣਾ ਹੇਠਲਾ, ਤੁਹਾਡੇ ਪਾਣੀ ਦੇ ਟੇਬਲ ਨੂੰ ਕੀ ਹੋਣਾ? ਹਾਂਜੀ, ਥੱਲੇ ਗਿਆ, ਥੱਲੇ ਗਿਆ, ਥੱਲੇ ਗਿਆ। ਤੁਸੀਂ ਸਾਰੇ ਜਾਣੋ 20 ਸਾਲ ਪਿੱਛੇ ਕਿੱਥੇ ਤੱਕ ਪਾਣੀ ਸੀਗਾ, ਕਿੰਨਾ ਹੋਰ ਡੂੰਘਾ ਕਰਨਾ ਪਿਆ ਬੋਰ, ਹੋਰ ਡੂੰਘਾ ਕਰਨਾ ਪਿਆ ਬੋਰ, ਹੋਰ ਡੂੰਘਾ ਕਰਨਾ ਪਿਆ ਬੋਰ। ਇਹ ਤੁਹਾਨੂੰ ਤੱਤ ਉਹ ਤਾਂ ਤੁਹਾਨੂੰ ਪਤਾ ਹੀ ਆ, ਆਪਣੇ ਪਿੰਡਾਂ ਦੇ ਹਾਲਤ ਤੁਹਾਨੂੰ ਪਤਾ ਹੀ ਆ। ਹਾਂਜੀ, ਅਤੇ ਪਾਣੀ ਦਾ ਗ੍ਰਾਫ ਡਿੱਗਦਾ 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 ਗਿਆ, ਕਿੱਥੇ ਤੱਕ ਅੱਜ ਪਹੁੰਚ ਗਿਆ। ਹਾਂਜੀ, ਉਹ ਜਾਂਦਾ ਜਾਂਦਾ, ਹਾਂਜੀ ਅੱਗੇ ਜਾਓ, ਇਹ ਜਿਹੜੀ ਟ੍ਰਜੈਕਟਰੀ ਆ ਇਹ ਦਿਖਾ ਰਹੀ ਆ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। 2037 ਦੀ ਇਹਨਾਂ ਨੇ ਰਿਪੋਰਟ ਦੱਸੀ ਹੋਈ ਆ ਕਿ ਪੰਜਾਬ 80% ਤੋਂ ਜ਼ਿਆਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਰਹਿਣਾ। ਅੱਜ ਮੇਰੀ ਗੱਲ ਤੁਸੀਂ ਯਾਦ ਰੱਖ ਲਿਓ, ਇਹ ਅੱਜ ਦਾ ਜਿਹੜਾ ਸਾਨੂੰ ਸ਼ਾਇਦ ਨਲਕਾ ਮਾਰਦੇ ਹਾਂ ਤਾਂ ਪਾਣੀ ਆ ਰਿਹਾ, ਟਿਊਬਵੈੱਲ ਆਨ ਕਰਦੇ ਹਾਂ ਤਾਂ ਪਾਣੀ ਆ ਰਿਹਾ, ਪਰ ਕੱਲ੍ਹ ਉਹ ਇੱਕ ਦਮੀ ਬੰਦ ਹੋਣਾ। ਇੱਕ ਪਿੰਡ ਆ ਹੀਰਪੁਰ ਰੋਪੜ, ਪਾ ਕੇ ਦੇਖ ਲਿਓ, 70 ਟਿਊਬਵੈੱਲ ਇੱਕੋ ਰਾਤ ਬੰਦ ਹੋਈਆਂ, 70 ਟਿਊਬਾਂ ਇੱਕੋ ਰਾਤ ਦੇ ਵਿੱਚ। ਪੂਰੇ ਦਾ ਪੂਰਾ ਪਿੰਡ ਮੋਰਚੇ ਦੇ ਵਿੱਚ ਆ ਕਿ ਸਾਨੂੰ ਪਾਣੀ ਦਿਓ, ਅਸੀਂ ਫਸਲਾਂ ਨੂੰ ਕਿੱਦਾਂ ਪਾਣੀ ਪਾਉਣਾ, ਅਸੀਂ ਪਸ਼ੂਆਂ ਨੂੰ ਕੀ ਪਾਣੀ ਪਾਉਣਾ, ਉਹਨਾਂ ਕੋਲ ਪਾਣੀ ਨਹੀਂ ਹੈਗਾ, ਕੀ ਕਰਨ? ਉੱਥੇ ਤਾਂ ਫਿਰ ਉਹ ਪਿੰਡ ਹੀ ਉੱਜੜ ਜਾਣਾ, ਉਹਨਾਂ ਨੇ ਤਾਂ ਹੋਰ ਕਿਤੇ ਜਾ ਕੇ ਰਹਿਣ ਦਾ ਆਪਣਾ ਪ੍ਰਵਾਸ ਹੋ ਜਾਣਾ, ਉਸ ਪਿੰਡ ਦਾ ਪਿੰਡ ਹੀ ਖਾਲੀ ਹੋ ਜਾਣਾ। ਇੱਦਾਂ ਕਈ ਪਿੰਡਾਂ ਨਾਲ ਇਹ ਕੁਝ ਹੋਣਾ, ਹਜੇ ਤਾਂ ਸ਼ੁਰੂਆਤ ਹੈ। ਹਾਂਜੀ, ਅੱਗੇ ਜਾਓ, ਨਾਸਾ ਦੀ ਰਿਪੋਰਟ, ਮੇਰੀ ਕਈ ਵੀ ਗੱਲ ਨਾ ਮੰਨਿਓ, ਨਾਸਾ ਦੀ ਰਿਪੋਰਟ ਇਹ ਹੈ ਜਿਹੜੀ ਸਾਨੂੰ ਦੱਸ ਰਹੀ ਹੈ ਕਿ ਪੰਜਾਬ ਕਿਸ ਹਾਲਤ ਤੱਕ ਪਹੁੰਚਿਆ ਹੋਇਆ, ਜੀਓਥਰਮਲ ਇਮੇਜਿੰਗ ਗਰਾਊਂਡ ਦੀ ਦੇਖ ਕੇ ਕਿੰਨਾ ਡੂੰਘਾ ਜਾ ਰਿਹਾ ਪਾਣੀ। ਹਾਂਜੀ, ਇਸ ਤੋਂ ਬਾਅਦ ਆ ਇੱਕ ਤੱਤ ਤੁਹਾਡਾ ਪੜ੍ਹਨ ਵਾਲਾ ਹੈ, 2002 ਤੋਂ ਲੈ ਕੇ 2006 ਤੱਕ ਇੰਨਾ ਜ਼ਮੀਨ ਹੇਠੋਂ ਪਾਣੀ ਕੱਢਿਆ। ਇਜ਼ਰਾਈਲ ਦੇ ਨਾਲ ਇੱਕ ਡੈੱਡ ਸੀ ਪੈਂਦਾ, ਉਹ ਪੂਰਾ ਡੈੱਡ ਸੀ ਤੁਸੀਂ ਭਰ ਸਕਦੇ ਸੀਗੇ ਪੰਜਾਬ ਦੇ ਪਾਣੀ ਨਾਲ, ਜ਼ਮੀਨ ਹੇਠੋਂ ਪਾਣੀ ਨਾਲ ਇੰਨਾ ਪਾਣੀ ਨਿਕਲਿਆ ਅੱਜ 10 ਸਾਲਾਂ ਦੇ ਵਿੱਚ। ਅਤੇ ਉਹ ਪੰਜਾਬ ਪਹਿਲੇ ਨੰਬਰ 'ਤੇ ਆ ਪਿਛਲੇ ਸਾਲ ਦੀ ਗਰਾਊਂਡ ਵਾਟਰ ਰਿਪੋਰਟ ਦੇ ਵਿੱਚ ਆਰਸਨਿਕ, ਅਤੇ ਦੂਜੇ ਨੰਬਰ 'ਤੇ ਫਲੋਰਾਈਡ ਦੇ ਵਿੱਚ। ਇਹ ਦੋ ਕੈਮੀਕਲ ਦੇ ਉੱਤੇ ਤੁਸੀਂ ਆਪ ਖੋਜ ਕਰਕੇ ਦੇਖਿਓ, ਆਰਸਨਿਕ ਅਤੇ ਫਲੋਰਾਈਡ, ਇਹਦੇ ਉੱਤੇ ਸਿਹਤ ਦੇ ਉੱਤੇ ਕੀ ਨੁਕਸਾਨ ਹੈ। ਆਰਸਨਿਕ ਇੱਦਾਂ ਦਾ ਕੈਮੀਕਲ ਆ ਜਿਹੜਾ ਕੈਮੀਕਲ ਵਾਰਫੇਅਰ ਦੇ ਵਿੱਚ ਪਾਇਆ ਜਾਂਦਾ ਜਦੋਂ ਲੋਕਾਂ ਨੂੰ ਮਾਰਨਾ ਹੁੰਦਾ। ਫਲੋਰਾਈਡ ਇੱਕ ਉਹ ਚੀਜ਼ ਆ ਜਿਹੜੀ ਬਲੀਚ ਦੇ ਵਿੱਚ ਜਾਂ ਪਾਣੀ ਸਾਫ਼ ਕਰਨ ਦੇ ਵਿੱਚ ਇੱਕ ਚੀਜ਼ ਪਾਈ ਜਾਂਦੀ ਆ ਜਿਹੜੇ ਜਰਮਸ ਮਾਰਨ ਨੂੰ। ਅਤੇ ਲੋਕ, ਸਾਨੂੰ ਇੰਗਲੈਂਡ ਦੀ ਗੱਲ ਹੈ, ਉੱਥੇ ਲੋਕ ਟੂਟੀ ਦਾ ਪਾਣੀ ਪੀਣੋਂ ਬਿਲਕੁਲ ਹਟ ਗਏ, ਕਹਿੰਦੇ ਕਿਉਂਕਿ ਇਹਦੇ ਵਿੱਚ ਫਲੋਰਾਈਡ ਹੋਣ ਕਰਕੇ ਜਿਹੜੀ ਤੁਹਾਡੀ ਬ੍ਰੇਨ ਡਿਵੈਲਪਮੈਂਟ, ਤੁਹਾਡੀ ਦਿਮਾਗ ਮਾਨਸਿਕ ਜਿਹੜੀ ਉਹਦੇ ਨਾਲ ਬਹੁਤ ਜ਼ਿਆਦਾ ਤੁਸੀਂ ਪਿੱਛੇ ਜਾਂਦੇ ਹੋ। ਅਤੇ ਪੰਜਾਬ ਦੂਜੇ ਨੰਬਰ 'ਤੇ ਪੂਰੇ ਭਾਰਤ 'ਚ। ਹਾਂਜੀ, ਯੂਰੇਨੀਅਮ ਅਤੇ ਹਾਈਸਟ, ਮੈਂ ਯੂਰੇਨੀਅਮ 'ਤੇ ਮੁੜ ਕੇ ਆਉਂਦਾ, ਅਗਲੀ ਸਲਾਈਡ ਯੂਰੇਨੀਅਮ ਵਾਲੀ। ਹਾਂਜੀ ਹਾਂਜੀ, ਆਹ ਯੂਰੇਨੀਅਮ ਦਾ ਦੇਖੋ ਪੰਜਾਬ 'ਚ ਕਿੱਥੋਂ ਆ ਰਿਹਾ ਯੂਰੇਨੀਅਮ, ਸਮਝ ਨਹੀਂ ਪੈ ਰਹੀ। ਪੰਜਾਬ ਦੇ ਵਿੱਚ ਇੰਨਾ ਯੂਰੇਨੀਅਮ, ਇੰਨਾ, ਤੁਸੀਂ ਪਿਛਲੇ ਸਾਲ ਦੀ ਗਰਾਊਂਡ ਵਾਟਰ ਰਿਪੋਰਟ ਪੜ੍ਹ ਕੇ ਦੇਖੋ, ਪੰਜਾਬ ਦਾ ਯੂਰੇਨੀਅਮ ਦਾ ਕਿੱਥੇ ਕਿੱਥੇ ਤੱਕ ਲੈਵਲ ਆ, ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਦੇਖ ਸਕਦੇ ਆਪ ਹੀ ਕਿ ਕਿੱਥੇ ਤੱਕ ਪੰਜਾਬ ਦੇ ਯੂਰੇਨੀਅਮ ਦਾ ਲੈਵਲ ਪਹੁੰਚਿਆ ਹੋਇਆ ਹੈ। ਇਹ ਹੁਣ ਸਮਝ ਨਹੀਂ ਆ ਰਹੀ ਕਿ ਯੂਰੇਨੀਅਮ ਕਿੱਥੋਂ ਆ ਰਿਹਾ ਹੈ। ਯੂਰੇਨੀਅਮ ਇੱਕ ਨੈਚੁਰਲ ਚੀਜ਼ ਤਾਂ ਨਹੀਂ ਹੁੰਦੀ ਕਿ ਜਿਹੜੀ ਆਪਣੇ ਪਾਣੀ 'ਚ ਚਲੇ ਜਾਂਦੀ ਆ। ਹੁਣ ਕਈ ਕਹਿੰਦੇ ਕਿ ਕੁਝ ਚੀਜ਼ਾਂ ਹੋ ਸਕਦੀਆਂ, ਇੱਕ ਬੋਰਿੰਗ ਕਰਕੇ ਯੂਰੇਨੀਅਮ ਪਾਇਆ ਗਿਆ ਗਰਾਊਂਡ ਦੇ ਵਿੱਚ, ਇਹ ਵੀ ਹੋ ਸਕਦਾ ਹੈ। ਕਈ ਕਹਿੰਦੇ ਆ ਬਠਿੰਡੇ ਦੇ ਇਲਾਕੇ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਇੱਕ ਬੇਸ ਆ, ਨਿਊਕਲੀਅਰ ਬੇਸ ਆ, ਜਦੋਂ ਭਾਰਤ ਨਾਲ ਜੰਗ ਲੱਗੂਗੀ ਉੱਥੇ ਸਾਡੇ ਕੋਲ ਨਿਊਕਲੀਅਰ ਵੈਪਨ ਪਏ ਹੋਏ ਆ। ਪਰ ਉਹ ਫਿਰ ਜਿਹੜਾ ਨਿਊਕਲੀਅਰ ਬਠਿੰਡੇ ਦੇ ਵਿੱਚ ਵੈਪਨ ਪਏ ਹੋਏ ਆ, ਉਹ ਪਾਣੀ 'ਚ ਕਿੱਦਾਂ ਜਾ ਰਹੇ ਆ ਜਿਹੜਾ ਯੂਰੇਨੀਅਮ? ਪਰ ਯੂਰੇਨੀਅਮ ਦੇ ਨਾਲ ਇੱਕ ਸਿੱਧੇ ਤੌਰ 'ਤੇ ਤਾਲਮੇਲ ਆ ਕੈਂਸਰ ਦੇ ਨਾਲ, ਹੋਰ ਬਹੁਤ ਭਿਆਨਕ ਬਿਮਾਰੀਆਂ ਦੇ ਨਾਲ। ਹਾਂਜੀ, ਹੈਵੀ ਮੈਟਲਸ,
ਹੈਵੀ ਮੈਟਲਸ ਦੀ ਵੀ ਰਿਪੋਰਟ ਤੁਹਾਡੀ ਪੜ੍ਹਨ ਵਾਲੀ ਹੈ। ਹੈਵੀ ਮੈਟਲਸ ਤੁਸੀਂ ਪਾ ਕੇ ਦੇਖਿਓ, ਐਲੂਮੀਨੀਅਮ, ਹੋਰ ਜਿਹੜੇ ਮੈਟਲਸ ਆ ਨਾਈਟ੍ਰੇਟਸ ਕਰਕੇ, ਉਹ ਜਿਹੜੇ ਪੰਜਾਬ ਦੇ ਪਾਣੀ 'ਚ ਆ, ਸਿਹਤ ਨੂੰ ਕੀ ਕਰ ਰਹੇ ਨਾ, ਇਹ ਹੋ ਕਿਉਂ ਰਿਹਾ, ਕਿਉਂ ਆ। ਪਹਿਲਾਂ ਪੰਜਾਬ ਜਿੱਦਾਂ ਨੌਜਵਾਨਾਂ ਨੂੰ ਨਸ਼ਾ ਲਗਾਇਆ ਗਿਆ, ਇਸ ਤਰ੍ਹਾਂ ਪੰਜਾਬ ਦੀ ਜ਼ਮੀਨ ਨੂੰ ਨਸ਼ਾ ਲਾਇਆ ਗਿਆ। ਹਰੀ ਕ੍ਰਾਂਤੀ ਵੇਲੇ ਪੰਜਾਬ ਨੂੰ ਇੱਕ ਐਕਸਪੈਰੀਮੈਂਟਲ ਸਟੇਟ ਨਾਲ ਵਰਤਿਆ ਗਿਆ। ਕਿਸਾਨਾਂ ਨੂੰ ਆ ਕੇ ਦੱਸਿਆ ਗਿਆ, ਆਹ ਮਾੜਾ ਜਿਹਾ ਆਪਣੇ ਫਸਲਾਂ ਨੂੰ ਲਾ ਕੇ ਦੇਖ ਲਓ ਕਿ ਤੁਹਾਡਾ ਤੁਹਾਡਾ ਝਾੜ ਵਰਦਾ ਹੈ, ਕੀ ਹੁੰਦਾ ਹੈ। ਅਤੇ ਕਿਸਾਨ ਸੋਚਦੇ ਕਿ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਹੈ। ਤੁਸੀਂ ਦੇਖ ਸਕਦੇ ਹਾਂ ਕਿੱਦਾਂ ਪੈਸਟੀਸਾਈਡ, ਕੀਟਨਾਸ਼ਕ ਦਵਾਈਆਂ, ਖਾਦਾਂ ਕਿੱਦਾਂ ਪੰਜਾਬ 'ਚ ਲਿਆਈਆਂ ਗਈਆਂ, ਅਤੇ ਉਹ ਜ਼ਮੀਨ ਨੂੰ ਇੱਕ ਨਸ਼ਾ ਲਾਇਆ ਗਿਆ ਕਿ ਤੁਸੀਂ ਖਿੱਚੀ ਜਾਓ। ਭਾਰਤ ਦਾ ਅੰਨਦਾਤਾ, ਬਹੁਤ ਚੰਗੇ ਆ, ਸਾਨੂੰ ਖਿਲਾਉਂਦੇ ਹਾਂ। ਤੁਸੀਂ ਕੀ ਹੋਇਆ ਜਦੋਂ ਤੁਸੀਂ, ਹਾਂਜੀ ਅੱਗੇ ਜਾਓ, ਜਦੋਂ ਤੁਸੀਂ ਫਸਲਾਂ ਦੇ ਉੱਤੇ ਸਪਰੇਅ ਮਾਰਨੀ ਆ, ਜਦੋਂ ਪਾਣੀ ਲਾਉਣਾ ਆ, ਕਿੱਥੇ ਜਾਣਾ ਆ? ਉਹ ਤਾਂ ਥੱਲੇ ਉੱਥੇ ਜਾ ਕੇ ਜਾਣਾ, ਵਸਣਾ ਜਿੱਥੇ ਤੁਸੀਂ ਪਾਣੀ ਕੱਢ ਕੱਢ ਕੇ ਪੀਂਦੇ ਆ। ਇਹਨੂੰ ਕਹਿੰਦੇ ਆ ਲੀਚਿੰਗ, ਅਤੇ ਸਾਇੰਟੀਫਿਕ ਟਰਮ ਇਹਦਾ ਬਾਇਓ ਅਕਿਊਮੂਲੇਸ਼ਨ ਅਤੇ ਬਾਇਓ ਮੈਗਨੀਫਿਕੇਸ਼ਨ ਹੈ ਕਿ ਜੇ ਤੁਸੀਂ ਸਪਰੇਆਂ ਉੱਤੇ ਮਾਰਦੇ ਆ, ਉਹ ਥੱਲੇ ਹੇਠਲੇ ਪਾਣੀ 'ਚ, ਤੁਹਾਡੇ ਕੋਲ ਤਾਂ ਦਰਿਆਵੀ ਪਾਣੀ ਤਾਂ ਹੈ ਨਹੀਂ ਪੀਣ ਨੂੰ, ਤੁਸੀਂ ਤਾਂ ਥੱਲਿਓ ਕੱਢ ਕੇ ਪਾਣੀ ਪੀਣਾ ਹੈ। ਅਤੇ ਉਹੀ ਜਿਹੜੀ ਕੈਮੀਕਲ ਤੁਸੀਂ, ਤੁਹਾਡਾ ਫਿਰ ਉਹੀ ਪਾਣੀ ਦੂਸ਼ਿਤ ਹੋ ਰਿਹਾ ਜਿਹੜਾ ਤੁਸੀਂ ਪੀ ਰਹੇ ਹਾਂ ਉਹਦੇ ਕਰਕੇ। ਹਾਂਜੀ ਅੱਗੇ ਉਹਦੇ ਕਰਕੇ ਪੰਜਾਬ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾ ਹੈ। ਅੱਗੇ ਜਾਓ। ਇਸ ਕਰਕੇ ਪੰਜਾਬ ਨੂੰ ਇੱਕ ਕੈਂਸਰ ਦਾ ਕੈਪੀਟਲ ਅੱਜ ਆਖਿਆ ਜਾ ਰਿਹਾ ਹੈ। ਅੱਗੇ ਜਾਓ। ਹਾਂਜੀ ਅੱਗੇ ਜਾਓ। ਚਲੋ। ਹਾਂਜੀ ਇੱਥੇ ਹੁਣ ਇੱਕ ਸਲਾਈਡ ਪਿੱਛੇ ਜਾਓ, ਆ ਤੁਸੀਂ ਆਪ ਪੜ੍ਹ ਲਓ। ਸਿਹਤ ਦੀਆਂ ਬਿਮਾਰੀਆਂ, ਹਾਰਟ ਡਿਜ਼ੀਜ਼ ਪਹਿਲੇ ਨੰਬਰ 'ਤੇ ਪੰਜਾਬ, ਮੋਟਾਪੇ 'ਚ ਪਹਿਲੇ ਨੰਬਰ 'ਚ ਪੰਜਾਬ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਪਹਿਲੇ ਨੰਬਰ 'ਚ ਪੰਜਾਬ, ਪੀਲੀਏ ਦੀ ਬਿਮਾਰੀ 'ਚ ਪਹਿਲੇ ਨੰਬਰ 'ਚ ਪੰਜਾਬ। ਇੱਕ ਛੋਟੇ ਜਿਹੇ ਸੂਬੇ ਦੀ ਗੱਲ ਕਰ ਰਿਹਾ, 2% ਦੀ ਗੱਲ ਕਰ ਰਿਹਾ, ਪੰਜਾਬ ਦੇ ਲੋਕ ਪਹਿਲੇ ਨੰਬਰ 'ਤੇ। HIV/AIDS ਪਹਿਲੇ ਨੰਬਰ 'ਤੇ ਕੀ ਹੋ ਰਿਹਾ ਹੈ? ਅਤੇ ਇੱਕ ਮਨੁੱਖੀ ਅਧਿਕਾਰ ਆ। ਹਾਂਜੀ, ਆ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਗੱਲ ਆ, ਅੱਗੇ ਜਾਓ ਜੀ, ਜਿਹੜੀ ਇੰਟਰਨੈਸ਼ਨਲ ਕੋਵਨੈਂਟ ਆਫ ਸੋਸ਼ਲ ਕਲਚਰਲ ਰਾਈਟਸ ਦੀ ਜਿਹੜੀ ਗੱਲ ਆ, ਉਹਦੇ ਵਿੱਚ ਆਹ ਗੱਲ ਦੱਸੀ ਹੋਈ ਆ ਕਿ ਜਿਹੜਾ ਤੁਹਾਡਾ ਆਰਟੀਕਲ 7 ਆ ਉਹਦਾ, ਕਿ ਹਰੇਕ ਇਨਸਾਨ ਨੂੰ ਉਹਦਾ ਮਨੁੱਖੀ ਅਧਿਕਾਰ ਆ ਕਿ ਉਹਦੀ ਸਿਹਤ ਦਾ ਖਿਆਲ ਸਰਕਾਰਾਂ ਦਾ, ਉਹਦਾ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਰੱਖਣੀ। ਅਤੇ ਜਿਹੜਾ ਕੈਮੀਕਲ ਜਾ ਰਿਹਾ ਆ ਪੰਜਾਬ 'ਚ, ਜਾਂ ਫੈਕਟਰੀਆਂ ਸਪਿੱਲ ਕਰ ਰਹੀਆਂ ਆ, ਜੋ ਹੋਰ ਕੁਛ ਨੁਕਸਾਨ ਕਰ ਰਿਹਾ, ਉਹ ਸਰਕਾਰਾਂ ਦੇ ਅੰਡਰ ਹੀ ਹੋ ਰਿਹਾ ਹੈ ਸਾਰਾ ਕੁਛ। ਸਰਕਾਰਾਂ ਜੇ ਰੋਕਣਾ ਚਾਹੁਣ ਰੋਕ ਸਕਦੀਆਂ ਆ। ਸਿੱਕਮ ਵੀ ਇੱਕ ਸਟੇਟ ਆ ਇੰਡੀਆ ਦੇ ਵਿੱਚ, ਅਤੇ ਸਿੱਕਮ ਇੱਕ ਇੱਦਾਂ ਦੀ ਸਟੇਟ ਆ ਜਿਹੜੀ ਪੂਰੀ 100% 100% ਜੈਵਿਕ ਕਿਸਾਨੀ ਕਰਦੀ ਹੈ। ਸਿੱਕਮ ਦੇ ਵਿੱਚ ਇੱਕ ਵੀ ਕਿਸਾਨ ਨਹੀਂ ਕੋਈ ਕੈਮੀਕਲ ਲਾਉਂਦਾ, ਕਿਉਂਕਿ ਸਰਕਾਰ ਨੇ ਉਹਨਾਂ ਨੂੰ ਸਪੋਂਸਰ ਕੀਤਾ ਕਿ ਤੁਸੀਂ 100% ਆਪਣਾ ਜੈਵਿਕ ਕਿਸਾਨੀ ਵੱਲ ਜਾਓ। ਪੰਜਾਬ ਦਾ ਉਜਾੜਾ ਹੀ ਕਿਉਂ? ਹਾਂਜੀ ਅੱਗੇ ਜਾ। ਆਹ ਦੋ ਸਰਕਾਰੀ ਤੱਤ ਆ, ਇੱਕ ਹੈਗੀ ਆ ਫਰਟੀਲਿਟੀ ਰੇਟਸ, ਜਿਹੜੀ ਕਿੱਦਾਂ ਆਬਾਦੀ ਵੱਧ ਰਹੀ ਆ ਘੱਟ ਰਹੀ ਆ, ਅਤੇ ਇੱਕ ਹੈਗੀ ਭਾਸ਼ਾ ਭਾਰਤ ਵਿੱਚੋਂ, ਜਿੱਥੇ ਭਾਸ਼ਾ ਬੋਲ ਹੁੰਦੀ ਆ ਹਿੰਦੀ ਅਤੇ ਜਿੱਥੇ ਨਹੀਂ ਹਿੰਦੀ ਬੋਲ ਹੁੰਦੀ। ਅਤੇ ਤੁਸੀਂ ਦੇਖੋ ਕਿ ਇਹ ਦੋ ਜਿਹੜੇ ਤੱਤਾਂ ਦੇ ਨਾਲ ਕੋਈ ਮੇਲ ਖਾਂਦਾ ਹੈ, ਪਰ ਇਹਦਾ ਕਿਉਂ? ਜਿੱਥੇ ਹਿੰਦੀ ਬੋਲ ਹੁੰਦੀ ਆ ਉੱਥੇ ਆਬਾਦੀ ਵੱਧ ਕਿਉਂ ਰਹੀ ਆ, ਅਤੇ ਜਿੱਥੇ ਨਹੀਂ ਹਿੰਦੀ ਬੋਲ ਹੁੰਦੀ ਉੱਥੇ ਆਬਾਦੀ ਘੱਟ ਕਿਉਂ ਰਹੀ ਆ? ਇਹਦੇ ਬਾਰੇ ਤੁਸੀਂ ਆਪ ਸੋਚਣਾ, ਇਹ ਕਿਉਂ ਹੋ ਰਿਹਾ ਹੈ? ਮੈਂ ਤਾਂ ਤੁਹਾਡੇ ਮੂਹਰੇ ਤਾਤੀ ਦਿਖਾ ਰਿਹਾ ਹਾਂ। ਹਾਂਜੀ, ਆਹ ਬਹੁਤ ਜ਼ਰੂਰੀ ਸਮਝਣ ਵਾਲਾ। 10,000 ਸਮੇਤ ਪੂਰੇ ਭਾਰਤ ਦਾ ਜਿਹੜਾ ਐਵਰੇਜ ਆ, 132 ਬੰਦਾ ਬਾਹਰ ਜਾ ਰਿਹਾ ਭਾਰਤ ਵਿੱਚੋਂ। ਭਾਰਤ ਦਾ ਐਵਰੇਜ 10,000 ਦੇ ਵਿੱਚੋਂ 132 ਬੰਦਾ ਬਾਹਰ ਜਾ ਰਿਹਾ, ਪੰਜਾਬ ਪਹਿਲੇ ਨੰਬਰ 'ਤੇ ਆ। ਤੁਸੀਂ ਦੇਖੋ ਕਿੰਨਾ ਡਿਫਰੈਂਸ ਆ। ਪੰਜਾਬ 10,000 ਸਮੇਤ 1,060 ਬੰਦਾ ਬਾਹਰ ਜਾ ਰਿਹਾ, ਕਿੱਥੇ? ਭਾਰਤ ਦਾ ਜਿਹੜਾ ਐਵਰੇਜ ਆ 132 ਆ,
ਤੇ ਪੰਜਾਬ ਦਾ 10,000 ਸਮੇਤ 1,060 ਤੇ ਜੇ ਪੰਜਾਬ ਖਾਲੀ ਹੋ ਰਿਹਾ ਆ ਤੇ ਫਿਰ ਪੰਜਾਬ ਦਾ ਤੁਹਾਨੂੰ ਪਤਾ ਕਿ ਭਵਿੱਖ ਕੀ ਆ ਇਹਦੇ ਉੱਤੇ ਬਾਅਦ 'ਚ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ ਇਹਦੇ 'ਤੇ ਵੀ ਅੱਗੇ ਜਾਓ ਡੇਟਾ ਬਹੁਤ ਜ਼ਿਆਦਾ ਆ ਇੱਕ ਹੁੰਦਾ ਇੱਕ ਘੰਟੇ ਦਾ ਵਿਸ਼ਾ ਆ ਘੰਟੇ ਤੋਂ ਵੀ ਜ਼ਿਆਦਾ CIA ਦੀ ਡਾਕੂਮੈਂਟ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਇੱਕ ਨਕਸ਼ਾ ਬਣਾ ਕੇ ਦੱਸਿਆ ਆ ਇਹਨੂੰ ਗੋਲਡਨ ਕ੍ਰੈਸੈਂਟ ਦਾ ਨਾਂ ਦੱਸਿਆ ਗਿਆ ਹੈ CIA ਦੀ ਯੂਨਾਈਟਿਡ ਨੇਸ਼ਨਸ ਵਾਰ ਔਨ ਡਰੱਗਸ ਦੀ ਰਿਪੋਰਟ ਆ ਹੈ ਤੇ ਇਹਦੇ ਉੱਤੇ ਮੈਂ ਤੁਸੀਂ ਜੇ ਕੱਲ੍ਹ ਨੂੰ ਜ਼ਰੂਰ ਆਇਓ ਗੁਰਦੁਆਰਾ ਸਾਹਿਬ ਇਹਦੇ ਉੱਤੇ ਮੈਂ ਥੋੜ੍ਹਾ ਡਿਟੇਲ ਦੇ ਵਿੱਚ ਤੁਹਾਨੂੰ ਸਾਰਾ ਕੁਛ ਦੱਸੂੰਗਾ ਪਰ ਇਹ ਜਿਹੜੀਆਂ ਰਿਪੋਰਟਾਂ ਆ ਅੱਗੇ ਜਾਓ ਜੀ ਜਿਹੜੀਆਂ ਦੱਸ ਰਹੀਆਂ ਕਿ ਨਸ਼ਾ ਕਿੱਦਾਂ ਆ ਰਿਹਾ ਹੈ ਕਿੱਦਾਂ ਲਿਜਾਇਆ ਜਾਂਦਾ ਪੰਜਾਬ 'ਚ ਕਿੱਦਾਂ ਵੇਚਿਆ ਜਾਂਦਾ ਹੈ ਅੱਗੇ ਜਾਓ ਜੀ ਅਤੇ ਅੱਗੇ ਜਾਓ ਆਹ ਤੁਸੀਂ ਡੇਟਾ ਦੇਖੋ ਇਹਦੇ ਵਿੱਚ ਤੁਹਾਨੂੰ ਸਾਰਾ ਕੁਛ ਪਤਾ ਲੱਗ ਜਾਊ 2011 ਤੋਂ ਲੈ ਕੇ 2014 ਤੱਕ 13,800 ਟਨ ਪੂਰੇ ਭਾਰਤ ਵਿੱਚੋਂ ਫੜਿਆ ਗਿਆ ਜਿਹਦੇ ਵਿੱਚੋਂ 50% ਇੱਕ ਛੋਟੇ ਜਿਹੇ ਸੂਬੇ ਤੋਂ ਫੜਿਆ ਗਿਆ 50% ਅੱਗੇ ਜਾਓ ਜੀ ਆਹ ਦੋ ਡੇਟਾ ਦੇਖੋ ਪੂਰੇ ਭਾਰਤ ਵਿੱਚੋਂ ਪੰਜਾਬ ਦੀ ਕੀ ਆਬਾਦੀ ਆ 2% ਪਰ ਜਿੰਨੇ ਲੋਕ ਜੇਲ੍ਹਾਂ 'ਚ ਬੈਠੇ ਆ ਨਸ਼ਿਆਂ ਕਰਕੇ 40% ਪੰਜਾਬ ਤੋਂ 2% ਤੋਂ ਤੁਹਾਡੀ ਆਬਾਦੀ ਤੋਂ 44.5% ਜਿਹੜੇ ਲੋਕ ਅੱਜ ਜੇਲ੍ਹਾਂ 'ਚ ਬੈਠੇ ਆ ਨਸ਼ਿਆਂ ਕਰਕੇ ਪੰਜਾਬ ਤੋਂ ਆ ਹਾਂਜੀ ਅੱਗੇ ਜਾਓ ਜੀ ਅੱਗੇ ਪਹਿਲੇ ਨੰਬਰ 'ਤੇ ਉਹ ਤੁਸੀਂ ਦੇਖ ਸਕਦੇ ਪਹਿਲੇ ਨੰਬਰ 'ਤੇ ਸ਼ਰਾਬ ਬੱਚੇ ਜਿਹੜੇ ਸ਼ਰਾਬ ਪੀਂਦੇ ਆ ਪਹਿਲੇ ਨੰਬਰ 'ਤੇ ਪੰਜਾਬ NDPD ਐਕਟਸ ਰਿਪੋਰਟ ਪਿਛਲੇ ਸਾਲ 222 ਦੀ ਰਿਪੋਰਟ ਪੰਜਾਬ ਪਹਿਲੇ ਨੰਬਰ 'ਤੇ ਤੀਜੇ ਨੰਬਰ 'ਤੇ ਓਵਰਡੋਸ ਦੇ ਵਿੱਚ ਅਤੇ ਦੂਜੇ ਨੰਬਰ ਦੇ ਵਿੱਚ ਸ਼ਰਾਬ ਪੀ ਕੇ ਜਿਹੜੀਆਂ ਮੌਤਾਂ ਹੋ ਰਹੀਆਂ ਸ਼ਰਾਬ ਪੀ ਕੇ ਪੰਜਾਬ ਪਹਿਲੇ ਨੰਬਰ 'ਤੇ ਪੰਜਾਬ ਦੇ ਵਿੱਚ 12,000 ਪ੍ਰਾਇਮਰੀ ਸਕੂਲ ਆ ਅਤੇ 14,000 ਸ਼ਰਾਬ ਦੇ ਠੇਕੇ ਆ ਹਾਂਜੀ ਅੱਗੇ ਜਾਓ ਹਾਂਜੀ ਅੱਗੇ ਜਾਓ ਇੱਥੇ ਪਿੱਛੇ ਜਾ ਕੇ ਇੱਥੇ ਮੈਂ ਤਾਂ ਰੁਕਿਆ ਅੱਗੇ ਪਿਛਲੀਆਂ ਸਲਾਈਡਾਂ ਵੀ ਬਹੁਤ ਜ਼ਰੂਰੀਆਂ ਸੀਗੀਆਂ ਪਰ ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲ ਆ ਜਿਹੜੇ ਸਾਡੇ ਨੌਜਵਾਨ ਬਾਹਰ ਜਾ ਰਹੇ ਆ ਉਹਨਾਂ ਨੂੰ ਉਹ ਜਿਹੜੀਆਂ ਆਸਾਂ ਨਾਲ ਬਾਹਰ ਭੇਜ ਰਿਹਾ ਮਾਪੇ ਉਹ ਨਹੀਂ ਪੂਰੀਆਂ ਹੁੰਦੀਆਂ ਸਾਨੂੰ ਆਪ ਇੰਗਲੈਂਡ ਦੇ ਵਿੱਚ ਪਤਾ ਹੈ ਜਿਹੜੇ ਨੌਜਵਾਨਾਂ ਕੇ ਸੜਕਾਂ ਦੇ ਉੱਤੇ ਸੁੱਤੇ ਪਏ ਆ ਕਈ ਦਰੱਖਤਾਂ 'ਚ ਜਾ ਕੇ ਉਹਨਾਂ ਨੇ ਤੰਬੂ ਲਾਏ ਹੋਏ ਆ ਉੱਥੇ ਸੁੱਤੇ ਪਏ ਆ ਆਹ 5-6 ਰਿਪੋਰਟਾਂ ਆ ਪਿਛਲੇ ਸਾਲ ਦੀਆਂ 70 ਕੁੜੀਆਂ UAE ਦੇ ਵਿੱਚ ਜਿਨ੍ਹਾਂ ਦੇ ਨਾਲ ਧੰਦਾ ਹੋ ਰਿਹਾ ਸੀਗਾ ਪੰਜਾਬ ਤੋਂ ਗਈਆਂ ਆਪਣੀਆਂ ਬੱਚੀਆਂ ਉਹਨਾਂ ਨਾਲ ਧੰਦਾ ਹੋ ਰਿਹਾ ਸੀਗਾ UAE ਓਮਾਨ ਸਾਊਦੀ ਦੇ ਵਿੱਚ 400 ਬੱਚੀ ਸੀਗੀ ਉੱਥੇ ਅੱਜ ਵੀ ਉੱਥੇ ਬਹੁਤ ਬੱਚੀਆਂ ਸਾਈਪ੍ਰਸ ਦੀ ਇੱਕ ਰਿਪੋਰਟ ਹੈ ਉੱਥੇ ਬੱਚੀਆਂ ਦੇ ਨਾਲ ਧੰਦਾ ਹੋ ਰਿਹਾ ਸਮੈਦਿਕ ਬਰਮਿੰਗਮ UK ਦੇ ਵਿੱਚ ਕੁੜੀ ਨੇ ਗਰਭ ਹੋ ਕੇ ਆਤਮ ਹੱਤਿਆ ਕੀਤੀ ਕਿਉਂਕਿ ਨਹੀਂ ਕਿਉਂ ਮਾਪਿਆਂ ਤੋਂ ਕਰਜ਼ਾ ਚੱਕ ਲਿਆ ਜ਼ਮੀਨਾਂ ਵੇਚਤੀਆਂ ਗਹਿਣੇ ਵੇਚਤੇ ਬਾਹਰ ਜਾਣਾ ਬਾਹਰ ਆਏ ਬਾਹਰ ਨਹੀਂ ਕੰਮ ਮਿਲਿਆ ਬਾਹਰ ਔਖਾ ਆਇਆ ਅਤੇ ਕੀ ਜਵਾਬ ਕੀ ਦੇਣਾ ਮਾਪਿਆਂ ਨੂੰ ਕਿਸ ਤਰ੍ਹਾਂ ਮੈਂ ਫੋਨ ਕਰਕੇ ਕਹਾਂ ਕਿ ਨਹੀਂ ਮੈਂ ਹੁਣ ਮੁੜ ਕੇ ਆਵਾਂ ਕਿਹੜੇ ਮੂੰਹ ਨਾਲ ਮੈਂ ਮੁੜ ਕੇ ਜਾਵਾਂਗੀ ਉੱਥੇ ਫਿਰ ਜੋ ਹਾਲਾਤ ਬਣੇ ਹੋਏ ਅੱਜ ਕੱਲ੍ਹ ਪੰਜਾਬੀਆਂ ਦੇ ਸਾਨੂੰ ਸਾਰਿਆਂ ਨੂੰ ਪਤਾ ਹਾਂਜੀ ਅੱਗੇ ਜਾਓ ਜੀ ਹਾਂਜੀ ਹਾਂਜੀ ਪੜ੍ਹਾਈ ਦੇ ਵਿੱਚ ਇਹਦੇ ਉੱਤੇ ਬਹੁਤ ਹੋਰ ਲੰਮਾ ਵਿਸ਼ਾ ਵੀ ਆ ਪਰ ਮੈਂ ਤੁਹਾਨੂੰ ਇਹੀ ਜਿਹੜੀ ਗੱਲ ਇੱਥੇ ਰੋਕਿਓ ਜੀ ਜਿਹੜੀ ਭਾਸ਼ਾ ਦੀ ਗੱਲ ਆ ਆ ਕਰਤਾਰਪੁਰ ਦਾ ਦੀ ਉਲੰਘਣਾ ਦੀ ਇੱਕ ਫੋਟੋ ਆ ਜਿੱਥੇ ਪਲੈਕ ਦੇ ਉੱਤੇ ਹਿੰਦੀ ਲਾਈ ਆ ਅਤੇ ਇੰਗਲਿਸ਼ ਲਾਈ ਆ ਜਿੱਥੇ ਗੁਰੂ ਨਾਨਕ ਮਹਾਰਾਜ ਕਰਤਾਰਪੁਰ ਸਿੱਖਾਂ ਦੀ ਜਿਹੜੀ ਗੱਲ ਆ ਪੰਜਾਬ ਦੇ ਵਿੱਚ ਉੱਥੇ ਪੰਜਾਬੀ ਨਹੀਂ ਲੱਗੀ ਕਿਉਂ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਅਸੀਂ ਇੱਕ ਕਿਸਮ ਦੇ ਵਿੱਚ ਇਹਨੂੰ ਰੱਦ ਕਰਨਾ ਚਾਹੁੰਦੇ ਹਾਂ ਤੁਸੀਂ ਸਾਰਿਆਂ ਨੇ ਦੇਖੇ ਉਹਨਾਂ ਲੱਖੇ ਸਿਧਾਣੀ ਦੀ ਵੀਡੀਓ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਜੁਰਮਾਨਾ ਆ 500 ਰੁਪਇਆ ਉੱਥੇ ਪੰਜਾਬੀ ਬੋਲਣ ਦੇ ਵਿੱਚ ਜਿੱਥੇ ਉਹਦਾ ਹੈੱਡ ਟੀਚਰ ਉਹਨੂੰ ਆਪ ਨੂੰ ਨਹੀਂ ਪੰਜਾਬੀ ਆਉਂਦੀ ਅਤੇ ਉਹ ਸਕੂਲ ਦਾ ਹੈੱਡ ਬਣਿਆ ਹੋਇਆ ਹਾਂਜੀ ਅੱਗੇ ਜਾਓ ਆਹ ਅਤੇ ਪਿੱਛੇ ਜਾਓ ਪੰਜਾਬ ਪਹਿਲੇ ਨੰਬਰ 'ਤੇ ਆ ਇਹ ਹੁਣ ਕੋਈ ਸਰਕਾਰ ਦੀ ਕੋਈ ਗੱਲਬਾਤ ਨਹੀਂ ਹੈਗੀ ਇਹ ਆਪ ਸਾਡੇ ਵਿੱਚ ਇਹ ਸੁਧਾਰ ਲਿਆਉਣੀ ਪੈਣੀ ਆ ਕਿ ਜਿਹੜੀ ਫੀਮੇਲ ਫੀਟਸਾਈਡ ਜਿੱਥੇ ਬੱਚੀ ਹੋਣ ਕਰਕੇ ਗਰਭ ਦੇ ਵਿੱਚ ਮਾਰ ਦਿੱਤੀ ਜਾਂਦੀ ਆ ਬੱਚੀ ਕਿਉਂਕਿ ਇਹ ਪਤਾ ਨਹੀਂ ਪੰਜਾਬੀਆਂ ਦੇ ਵਿੱਚ ਕੀ ਦਿਮਾਗ 'ਚ ਪਾ ਦਿੱਤਾ ਆ ਕਿ ਬੱਚੀਆਂ ਕੋਈ ਮਾੜੀ ਚੀਜ਼ ਹੁੰਦੀ ਹੈ ਮਹਾਰਾਜ ਨੇ ਜਿੱਥੇ ਕਿਹਾ ਸੀਗਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ
ਤੇ ਉਹ ਪੰਜਾਬ ਦੇ ਵਿੱਚ ਅੱਜ ਉਹੀ ਗੱਲ ਹੋ ਰਹੀ ਆ ਕਿ ਪੰਜਾਬ ਪਹਿਲੇ ਨੰਬਰ 'ਤੇ ਆ, ਇਹਨੂੰ ਆਪਣਾ ਬਦਲਣਾ ਪੈਣਾ। ਖਾਸ ਕਰਕੇ ਮੈਂ ਆਪਣੇ ਸਿੰਘਾਂ ਨੂੰ ਨਹੀਂ ਗੱਲ ਕਹਿ ਰਿਹਾ, ਇਹ ਜਿਹੜੀ ਗੱਲ ਆ ਮੈਂ ਆਪ ਖੁਦ ਦੇਖੀ ਹੋਈ ਆ। ਬਜ਼ੁਰਗ ਬੀਬੀਆਂ ਜ਼ਿਆਦਾ ਕਰਦੀਆਂ, ਕਿਸੇ ਦੇ ਕੁੜੀ ਹੋ ਜੂਗੀ ਕਹਿੰਦੇ ਉਹ ਕੋਈ ਨਾ ਠੀਕ ਆ, ਕੋਈ ਨਾ ਕੋਈ ਨਾ ਕੋਈ ਨਾ, ਜਿੱਦਾਂ ਕੋਈ ਅਫਸੋਸ ਦੀ ਗੱਲ ਹੁੰਦੀ ਆ। ਇਹ ਤੁਸੀਂ ਹੀ ਕਹੋ ਕੋਈ ਨਾ ਕੀ ਹੋਇਆ ਜੇ ਕੁੜੀ ਹੋ ਗਈ। ਇਹਦੇ ਵਿੱਚ ਸਾਨੂੰ ਆਪ ਬਦਲਾ ਲਿਆਉਣਾ ਪੈਣਾ। ਇਹ ਤਾਂ ਹੁਣ ਕੁਦਰਤੀ ਹੁੰਦਾ ਹੈ ਕੀ ਕਿਸੇ ਦੇ ਹੁੰਦਾ ਕੀ ਨਹੀਂ ਹੁੰਦਾ, ਪਰ ਇਹ ਅਫਸੋਸ ਦੀ ਗੱਲ ਬਣਾਉਣੀ ਕਿ ਕਿਸੇ ਦੇ ਘਰ ਕੁੜੀ ਹੋਈ, ਇਹ ਸਾਨੂੰ ਬਿਲਕੁਲ ਸਿੱਖੀ ਦੇ ਗਲਤ ਆ। ਅਤੇ ਇਹ ਸਾਨੂੰ ਹੁਣ ਇਹਦੇ ਉੱਤੇ ਸਾਨੂੰ ਸੋਚਣਾ ਪਵੇਗਾ ਕਿਸ ਤਰ੍ਹਾਂ ਇਹ ਸੋਚ ਨੂੰ ਅਸੀਂ ਬਦਲਣਾ। ਹਾਂਜੀ ਅੱਗੇ ਜਾ ਰਹੀ ਹੈ, ਅੱਗੇ ਜਾ ਆ ਇੱਥੇ ਇੱਕ ਮਿੰਟ। ਆਹ ਪੰਜ ਕਿਤਾਬਾਂ ਆ, ਆਹ ਪੰਜ ਕਿਤਾਬਾਂ ਤੁਸੀਂ ਫੋਟੋ ਇਹਦੀ ਖਿੱਚ ਲਿਓ, ਜਾ ਕੇ ਆਪ ਤੁਸੀਂ ਇਹਦੇ ਉੱਤੇ ਰਿਸਰਚ ਕਰਿਓ, ਇਹਦੇ ਉੱਤੇ ਖੋਜ ਕਰਿਓ। ਆਹ ਪੰਜ ਕਿਤਾਬਾਂ ਦੇ ਵਿੱਚੋਂ ਪੰਜਾਬ ਦੇ ਵਿੱਚ 12ਵੀਂ ਪਲੱਸ 2 ਦੀਆਂ ਬੁੱਕਾਂ ਦੇ ਵਿੱਚੋਂ ਆਹ ਕੁਛ ਲਿਖਿਆ ਹੋਇਆ। ਗੁਰੂ ਨਾਨਕ ਇੱਕ ਗੋ ਭਗਤ ਸੀਗੇ, ਗੁਰੂ ਨਾਨਕ ਇੱਕ ਹਿੰਦੂ ਦਾ ਪ੍ਰਚਾਰਕ ਸੀਗਾ। ਗੁਰੂ ਨਾਨਕ ਮਹਾਰਾਜ ਨੇ ਕਦੀ ਜਨਯੂ ਨੂੰ ਇਨਕਾਰ ਨਹੀਂ ਕੀਤਾ ਅਤੇ ਉਹ ਕਾਸਟ ਸਿਸਟਮ ਨੂੰ ਮੰਨਦੇ ਸੀਗੇ। ਗੁਰੂ ਅਰਜਨ ਦੇਵ ਜੀ ਨੇ ਆਤਮ ਹੱਤਿਆ ਕੀਤੀ, ਉਹਨਾਂ ਲਈ ਲਿਖਿਆ ਹੈ ਕਿ ਗੁਰੂ ਹਰਰਾਏ ਸਾਹਿਬ ਦੇ ਪੇਟੋਂ 2 ਬੱਚੇ ਹੋਏ। ਪਹਿਲਾ ਬੇਟਾ 15 ਸਾਲ ਦਾ ਸੀਗਾ, ਉਹ ਇੱਕ ਨੌਕਰਾਣੀ ਪੇਟੋਂ ਸੀਗਾ, ਛੋਟਾ 6 ਸਾਲਾਂ ਦਾ ਸੀਗਾ, ਉਹਨੂੰ ਤਾਂ ਗੁਰਗੱਦੀ ਦਿੱਤੀ ਕਿਉਂਕਿ ਉਹ ਨੌਕਰਾਣੀ ਪੇਟੋਂ ਨਹੀਂ ਸੀਗਾ। ਗੁਰੂ ਤੇਗ ਬਹਾਦਰ ਜੀ ਗਵਾਲੀ ਦੇ ਜ਼ਿਲ੍ਹੇ 'ਚ ਕਿਉਂ ਗਏ, ਕਿਉਂਕਿ ਉਹ ਇੱਕ ਲੁੱਟਾਂ ਖੋਹਾਂ ਠਗੇਰੀਆਂ ਕਰਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਤਮ ਹੱਤਿਆ ਕੀਤੀ। ਇਹ ਤੁਹਾਡਾ ਇਤਿਹਾਸ ਤੁਹਾਡੇ ਸਟੇਟ ਦੇ ਵਿੱਚ ਤੁਹਾਨੂੰ ਪੜ੍ਹਾਇਆ ਜਾ ਰਿਹਾ ਇਹ ਕਿਤਾਬਾਂ ਦੇ ਵਿੱਚ। ਬਲਦੇਵ ਸਿੰਘ ਸਿਰਸਾ ਨੇ ਅੱਜ ਤੱਕ ਵੀ ਮੋਰਚਾ ਲਾਇਆ ਹੋਇਆ ਇਹ ਕਿਤਾਬਾਂ ਰੱਦ ਕਰਨ ਵਾਸਤੇ। ਅਤੇ ਤੁਸੀਂ ਦੇਖ ਸਕਦੇ ਆ ਆਹ ਸਾਰੀਆਂ ਪੰਜਾਬ ਦੀਆਂ ਕਿਤਾਬਾਂ ਦੀਆਂ ਫੋਟੋਆਂ ਆ ਸਕੂਲਾਂ ਦੇ ਵਿੱਚੋਂ। ਕੋਈ ਮੇਲ ਖਾਂਦਾ ਹੈ ਇੰਦਰਾ ਗਾਂਧੀ ਦੀ ਫੋਟੋ ਗੁਰੂ ਨਾਨਕ ਮਹਾਰਾਜ ਦੇ ਨਾਲ ਲਾਉਣੀ? ਕੋਈ ਮੇਲ ਖਾਂਦਾ ਹੈ ਕਿ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੱਥੋਂ ਇਹ ਗੱਲਾਂ ਮੇਲ ਖਾਂਦੀਆਂ। ਅਤੇ ਜਿੱਥੇ ਸਾਡੀਆਂ ਹੋਰ ਪੱਖੋਂ ਵੀ ਵੰਡੀਆਂ ਆ, ਜਾਤ ਪਾਤ ਦੀ ਕਿੱਦਾਂ ਵੰਡੀ ਲਿਆਈ ਜਾਂਦੀ ਆ ਪੰਜਾਬ ਦੇ ਵਿੱਚੋਂ, ਜਿਹਦੇ ਕਰਕੇ ਜੇ ਤੁਸੀਂ ਕਾਸਟ ਸਿਸਟਮ ਨੂੰ ਪੂਰੀ ਤਰ੍ਹਾਂ ਸਮਝਦੇ ਹੋਵੋਗੇ ਕਿ ਬ੍ਰਾਹਮਣ ਕੁਸ਼ਤਰੀ ਰਾਜਪੂਤ ਅਤੇ ਤੁਸੀਂ ਸਾਰੇ ਜਾਣੇ ਇੱਕ ਵੈਸ਼ਨੂੰ ਦੇ ਵਿੱਚ ਪੈ ਜਾਂਦੇ ਆ, ਅਤੇ ਵੈਸ਼ਨੂੰ ਦੇ ਵਿੱਚ ਹੀ ਤੁਹਾਡੀ ਤੁਸੀਂ ਵੰਡੀਆਂ ਪਾਈਆਂ ਕਿ ਮੈਂ ਜੱਟ ਹਾਂ, ਮੈਂ ਫਲਾਣਾ ਹਾਂ, ਤੂੰ ਮੇਰੇ ਤੋਂ ਵੱਡਾ ਆ ਤੂੰ। ਜੇ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੈਂ ਜੱਟ ਆਖਦੇ ਹਾਂ, ਉਹਦਾ ਮਤਲਬ ਤੁਹਾਡੇ ਸਿਰ ਦੇ ਉੱਤੇ ਬ੍ਰਾਹਮਣ ਬੈਠਾ ਹੈ। ਮਹਾਰਾਜ ਨੇ 4 ਵਰਨ 1 ਵਰਨ ਕਰਾਏ ਸੀਗੇ, ਮਹਾਰਾਜ ਨੇ ਤੁਹਾਨੂੰ ਖਾਲਸਾ ਬਖਸ਼ਿਆ ਸੀਗਾ, ਅਤੇ ਉਹ ਖਾਲਸਾ ਮੁੜ ਕੇ ਲਿਆਉਣਾ ਬਹੁਤ ਜ਼ਰੂਰੀ ਆ। ਹਾਂਜੀ ਅਤੇ ਜਿਹਨੇ ਇਹ ਜਾਲ ਤੋਂ ਨਿਕਲ ਕੇ ਅੱਗੇ ਵੀ ਤੁਰਿਆ, ਤੁਸੀਂ ਦੇਖ ਸਕਦੇ ਕਿ ਥਾਂ ਥਾਂ 'ਤੇ ਪੰਜਾਬ ਦੇ ਵਿੱਚ ਡੇਰੇ ਲੱਗੇ ਹੋਏ ਆ, ਜਿਹੜੇ ਲੋਕ ਕੋਈ ਚਾਹੁੰਦੇ ਵੀ ਆ ਕਿ ਅਸੀਂ ਤੁਰੀਏ ਆਪਣੇ ਭਗਤੀ ਵੱਲ, ਜਾਂ ਆਪਣਾ ਕੋਈ ਕੋਸ਼ਿਸ਼ ਕਰੀਏ ਕਿ ਰੱਬ ਤੋਂ ਕੁਛ ਮੰਗਣ ਦੀ ਚੀਜ਼, ਅਤੇ ਇੱਦਾਂ ਦੇ ਥਾਂ ਥਾਂ 'ਤੇ ਡੇਰੇ ਤਾਂ ਕਿਉਂਕਿ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ। ਹਾਂਜੀ ਆਹ ਮੇਰੀ ਆਖਰੀ ਸਲਾਈਡ ਆ, ਪਿੱਛੇ ਜਾ ਜਾਓ ਪਿੱਛੋਂ। ਅਸੀਂ ਕਹਿੰਦੇ ਹਾਂ ਜੇ ਜੀਵੇ ਪਥ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਕਰੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਆਖਦੇ ਹਾਂ? ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਦਕ, ਤੂੰ ਮੇਰਾ ਰਾਖਾ, ਤੂੰ ਮੇਰਾ ਪ੍ਰਾਤਾ, ਸਭਨੀ ਥਾਂ। ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਜੇ ਤੁਹਾਡਾ ਮਾਂ ਪਿਓ ਹੁੰਦਾ ਪੜ ਪੜ ਕੇ ਖਿਲਾਰਿਆ ਹੁੰਦਾ ਸੜਕਾਂ ਦੇ ਉੱਤੇ, ਸਾਨੂੰ ਰਾਤ ਨੂੰ ਨੀਂਦ ਆ ਜਾਣੀ ਸੀ? ਇਹ ਗੱਲ ਬਹੁਤ ਜ਼ਰੂਰੀ ਆ, ਇਹ ਕਿਉਂ ਕੀਤਾ ਜਾਂਦਾ ਆ? ਇੰਨੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ, ਪਾਣੀ ਦੀ, ਭਾਸ਼ਾ ਦੀ, ਪੜ੍ਹਾਈ ਦੀ, ਸਿਹਤ ਦੀ, ਉਹ ਸਾਰੀਆਂ ਅਸੀਂ ਜੜ ਸਕਦੇ ਹਾਂ, ਸਾਰੀਆਂ ਜੜ ਲਉਂਗੇ, ਇਹ ਨਹੀਂ ਜੜ ਲਉਂਦੇ। ਕਿਉਂ ਨਹੀਂ? ਕਿਉਂਕਿ ਜਿਸ ਪਿਆਰੇ ਸਿਆਣਿਓ ਤਿਸ ਅੱਗੇ ਮਰ ਚੱਲੀ ਹੈ, ਇਹ ਸਾਡਾ ਇਸ 'ਚ ਗੁਰ ਕੀ ਨਿੰਦਾ ਸੁਣੇ ਨਾ ਕਾਂ। ਪਰ ਇਹ ਕਿਉਂ ਕਰਦੇ ਬੇਅਦਬੀਆਂ ਵੀ ਹੁੰਦੀ ਕਿਉਂ ਆ? ਕਿਉਂਕਿ ਉਹਨਾਂ ਨੂੰ ਪਤਾ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਸਪਿਰਿਟ ਕਿੱਥੋਂ ਆਉਂਦੀ ਹੈ, ਤਾਕਤ ਕਿੱਥੋਂ ਆਉਂਦੀ ਹੈ, ਇਹਨਾਂ ਨੂੰ ਕਿੱਥੋਂ ਥਾਪੜਾ ਮਿਲਦਾ ਇਹਨਾਂ ਨੂੰ ਕਿ ਦਿੱਲੀ ਵੀ ਢਾ ਲੈਂਦੇ ਆ ਜੇ ਢਾਣੀ ਹੋਵੇ ਤਾਂ? ਕਿੱਥੋਂ ਸਪਿਰਿਟ ਆਉਂਦੀ ਹੈ? ਗੁਰਬਾਣੀ ਤੋਂ। ਜੇ ਗੁਰਬਾਣੀ ਨਾ ਲਿਆ ਤਾਂ ਸਿਕੰਦਰ ਵਰਗਿਆਂ ਦੇ ਵੀ ਮੂੰਹ ਤੋੜ ਦਿੰਦੇ ਆ, ਦੁਨੀਆ ਦੀ ਦਾ ਰਾਜ ਮੁਗਲਾਂ ਦਾ 700 ਸਾਲ ਦਾ ਪੱਤੇ ਖਾ ਖਾ ਕੇ ਵੀ ਪਲਟ ਦਿੰਦੇ ਆ। ਇਹ ਹੈਗਾ
मैं इत्थे हुण इत्थे ही गल मुकाणी आ। पंजाब सेविंग पंजाब संस्था दे विच बहुत ज़्यादा काम करन नूं असीं तैयार आ, करन वी आ वर्ल्ड सिख पार्लमेंट दे अंडर। ते जे तुसीं साडे नाल इक खोजक बनना चाहुंदे आ, साडे नाल इक डेटा कलैक्ट करना चाहुंदे, तुसीं साडे नाल जरूर संपर्क करो। इहदे उत्ते असीं जिहड़ी अगलियां स्लाइडां आ, जो सोल्यूशनस जो असीं पंजाब दे विच करना चाहुंदे आ, किद्दां पंजाब नूं रंगला पंजाब बनाना चाहुंदे आ। अगले साल एक साडा प्रोजेक्ट शुरू होण लगा जिहदा नां हैगा माई पिंड प्रोजेक्ट, मेरा पिंड प्रोजेक्ट, कि असीं अपनी पिंडां वल किद्दां जाणा, किद्दां पंजाब नूं वधिया बनाउणा। पर एक गल हैगी जिहदे मैं तुहानूं कहना चाहुंदा, पंजाब नूं तुसीं बचाउणा आ ते सिक्खी धारो। जे तुसीं खालसा बन जाओगे ते सिक्खी धार लोगे ते ओह पंजाब विचों सिक्खी लियाओ ते पंजाब आप बचेगा, क्योंकि ओह सिक्खी दे विचों जिहड़ा ओह जज्बा आ लड़न दा मरन दा, जिथे पहला मरन कबूल जीवन की छड़ियास, हो सबना की रहन का, तो आओ हमारे पास। इनिया ही बेनतियां प्रवान करनिया, भुला चुका दी की मंगनी। वाहेगुरु जी का खालसा, वाहेगुरु जी की फतेह। श्री अकाल खालस्तान, 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 खालस्तान। सत्संग जी श्री अकाल। ये जिन्नियां भी समस्यावां जिहड़ियां भाई गुरप्रीत सिंह उन्होंने आप जी दे नाल सांझियां कीतियां, उन्हां दी प्रेजेंटेशन दे विच उन्होंने दसियां, हल जिहड़ा आ खालिस्तान दे विच छुपिया होया आ। सो उहदे उत्ते भी अपनी डेडीकेशन जिहड़ी कमिटमेंट कौम नूं जिहड़ी आ बच्चे बच्चे नूं करनी चाहीदी आ। सो गुरप्रीत सिंह होनी पेशे वजो प्रोफेसर सन यूके दे विच, इन्हां ने अपनी जॉब छड्ड दित्ती आ। सत श्री अकाल, अपनी जॉब छड्ड दित्ती आ ते इह हुण प्रण कीता कि हर एक कंट्री दे विच जा के नौजवानी नूं जगाणा आ। सो असी जिन्ने भी वड्डियां वरां वाले हन, सानू पता है कि असी दोस्ती भी जिहड़ी अपनी हम उम्र दे नाल बणदी आ। सो बच्चे बच्चियां नूं नौजवानी नूं जगा सकदे आ। सो साडे कौम दे जिहड़े नौजवान बच्चे बच्चियां आ, उह पार्लीमेंट दा जिहड़ा सुपना आ, मैं अगेन दुबारा फिर इह गल मैं तां करदा आ कि असी बच्चियां नूं इक प्लेटफॉर्म दिंदे आ, लियाओ होर बच्चों अगे लगो, असी तुहाडे नाल तुहाडे पिछे जिहड़ी आ होके सपोर्ट करांगे, हर संभव मदद जिहड़ी आ फाइनैंशली होवे। इस तरह दीआं कॉन्फ्रेंसां अलीकणियां जिथे अलग अलग स्टेटां दे विच कंट्रियां दे विच जा के पंजाब दी जिहड़ी नौजवानी जिहड़ी विदेशां विच वी आ उहनूं जगाउण दा उपराला कर रहे हां। सो मैं बेनती करांगा हरमन कौर नूं, उहनां ने 15 मिंट आप जी दे लेणे आ। सो वर्ल्ड सिख पार्लीमेंट बारे उन्होंने जानकारी आप जी नूं देनी आ। सो वर्ल्ड सिख पार्लीमेंट विश्वास रखती आ उस हर जथेबंदी नूं, कौम दी संस्था नूं नाल लेके चलण दे विच या सपोर्ट करन दे विच विश्वास रखती आ, जिहड़ी कौम वास्ते काम करती आ। उह भावें लंगरां दीआं सेवावां करदे होण, ਉਹ ਭਾਵੇਂ ਐਜੂਕੇਸ਼ਨ ਦੀਆਂ ਕੋਈ ਸੇਵਾਵਾਂ ਜਿਹੜੀਆਂ ਧਾਰਮਿਕ ਜਿਹੜੀ ਵਿੱਦਿਆ ਦੀ ਗੱਲ ਹੋਵੇ ਜਾਂ ਕੌਮੀ ਕਰ ਖਾਲਿਸਤਾਨ ਦੀ ਗੱਲ ਹੋਵੇ, ਹਰ ਖੇਤਰ ਦੇ ਵਿੱਚ ਇਹ ਸਾਰੀਆਂ ਜਿੰਨਾ ਹੀ ਹੁਣ ਤੁਹਾਨੂੰ ਦੱਸਿਆ ਗਿਆ ਕਿ ਸਾਡੇ ਪਾਣੀਆਂ ਦੇ ਇਸ਼ੂ ਆ, ਡਰੱਗਸ ਦੇ ਇਸ਼ੂਜ਼ ਆ, ਸਾਡੀਆਂ ਬੱਚੀਆਂ ਨਾਲ ਕੀ ਹੋ ਰਿਹਾ, ਸਾਡੀ ਨੌਜਵਾਨੀ ਜਿਹੜੀ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੀ ਆ, ਸੋ ਉਸ ਨੌਜਵਾਨੀ ਨੂੰ ਕਿਵੇਂ ਪਿੱਛੇ ਆਪਾਂ ਦੇਖਿਆ ਵੀ ਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਿਹੜਾ ਉਹ ਉੱਥੇ ਨੌਜਵਾਨੀ ਨੂੰ ਜਿਹੜਾ ਜਗਾਉਣ ਦਾ ਉਹਨਾਂ ਨੇ ਖਾਲਸਾ ਵਹੀਰ ਚਲਾਈ, ਗੁਰਭਾਈ ਲਹਿਰ ਚਲਾਈ, ਜਿਹਦੇ ਵਿੱਚ ਨੌਜਵਾਨ ਜੋ ਪੰਜਾਬ ਦੀ ਧਰਤੀ 'ਤੇ ਡਰੱਗਸ ਦੇ ਵਿੱਚ ਗਲਤਾਨ ਆ ਕਿ ਭਾਈ ਇਸ ਪਾਸੇ ਤੋਂ ਹਟੋ, ਗੁਰੂ ਪਾਸੇ, ਗੁਰੂ ਵਾਲੇ ਪਾਸੇ ਲੱਗੋ, ਗੁਰੂ ਵਾਲੇ ਬਣੋ। ਸੋ ਅੱਜ ਦੀ ਜਿਹੜੀ ਸਰਕਾਰ ਆ, ਪੰਜਾਬ ਦਾ ਚੀਫ ਮਿਨਿਸਟਰ ਜਾਂ ਆਪਾਂ ਕਹਿ ਲਈਏ ਸੈਂਟਰ ਦੀਆਂ ਜਿਹੜੀਆਂ ਸਾਜਿਸ਼ਾਂ ਆ, ਉਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਰੇ ਨੌਜਵਾਨਾਂ ਨੂੰ
ਜਿਹੜੀ ਉਹ ਕਾਫਲਾ ਸੀ ਉਹ ਥੋੜ੍ਹੇ ਸਮੇਂ ਦੇ ਵਿੱਚ, ਮੈਂ ਬੇਟੀ ਨੂੰ ਕਹਾਂਗਾ ਹਰਮਨ ਕੌਰ ਜੀ ਆ ਜਾਓ ਤੁਸੀਂ ਉੱਤੇ, ਸੋ ਉਹ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ। ਕਿੰਨੇ ਹੀ ਨੌਜਵਾਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਆ, ਜਿਹੜੇ ਦੇਸ਼ ਕੌਮ ਦੀ ਪੰਜਾਬ ਦੀ ਧਰਤੀ ਨੂੰ ਜਿਹੜਾ ਆ ਉਹ ਭਾਰਤੀ ਕਬਜ਼ੇ ਦੇ ਵਿੱਚੋਂ ਛੁਡਾਉਣ ਲਈ ਉਪਰਾਲੇ ਕਰ ਰਹੇ ਸਨ। ਸੋ ਮੈਂ ਬੇਨਤੀ ਕਰਾਂਗਾ ਬੇਟਾ ਹਰਮਨ ਕੌਰ ਨੂੰ ਜੀ ਆਪ ਜੀ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਬਾਰੇ ਉਹ ਜਾਣਕਾਰੀ ਸਾਂਝੀ ਕਰਨਗੇ, ਇਹ ਕੀ ਆ, ਇਹਦੇ ਇਹ ਕਿਵੇਂ ਕੰਮ ਕਰਦੀ ਆ ਅਤੇ ਆਪ ਜੀ ਇਹਦੇ ਨਾਲ ਕਿਵੇਂ ਜੁੜ ਸਕਦੇ ਆ। ਸੋ ਹਰਮਨ ਕੌਰ ਜੀ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਜੋ ਸਤਿਗੁਰ ਸਿਖਨ ਕਹੀ ਬਾਤ, ਹੋਗ ਸਹੀ ਨਹੀਂ ਖਾਲੀ ਜਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਟੁਡੇ ਵੀ ਗੈਦਰ ਹੇਅਰ ਟੂ ਡੈਲਵ ਇਨ ਟੂ ਏ ਕੋਨਸੈਪਟ ਦੈਟ ਰੈਜ਼ੋਨੇਟਸ ਡੀਪਲੀ ਵਿਦ ਇਨ ਆਰ ਹਾਰਟਸ, ਦੈਟਸ ਦੀ ਵਰਲਡ ਸਿੱਖ ਪਾਰਲੀਮੈਂਟ। So it's just not an organization, but it's a beacon of sovereignty, an embodiment of our collective identity, and a testament to the strength of our unity. Established with the blessing of Akal Takht Jathedar, its core principle revolves around the idea of sovereignty, with its Sikh community advocating for self-governance empowerment. We, the Sikh community, have always governed ourselves. Therefore, the concept of World Sikh Parliament shouldn't be new to us. Self-governance is in our bloodstream. So self-governance in Khalsa looks like Khalsa khud khuda hai, Khalsa apne sare prabandh khud karega, Khalsa niyay aap karega, Khalsa tarti de padarthan di vand bhi aap karega, Khalsa hukumat de kam aap karega, Khalsa aap hukumat hai, Khalsa ek sovereign soch hai. The World Sikh Parliament stands as a testament to the idea of sovereignty in its purest form. It's not about control or authority or confined to political boundaries or administrative structures. It's about empowerment. It's about recognizing our own ability to govern ourselves, to assert our belief, and to safeguard our heritage. It's about nurturing a mindset that embodies sovereignty in every action, every thought, and every deed. It's about carrying ourselves with dignity, respecting our traditions, and fostering a sense of unity. The Parliament doesn't just advocate for our rights, it educates us about the importance of our autonomy and self-determination. It teaches us that being sovereign means taking responsibility for our community and our future generations, and for upholding the values that have been passed down to us. Khalsa Raj ghar to hi shuru hunda, assi hi khalsa ya te assi hi khalsa raj ha. Khalsa azad hunda jithe marzi hove, te eh kise nawabi da gulam nahi ha. Khalsa nawabi nu vi thokar marna janda ha. ਖਾਲਸਾ ਚੰਗਾ ਰਾਜ ਵੀ ਕਰਕੇ ਦਿਖਾ ਚੁੱਕਿਆ। ਖਾਲਸਾ ਕਿਸੇ ਦਾ ਗੁਲਾਮ ਨਹੀਂ ਹੈ ਅਤੇ ਨਾ ਹੀ ਕਦੀ ਹੋਵੇਗਾ। ਸੋ ਹਾਓ ਡਿਡ ਵਰਲਡ ਸਿੱਖ ਪਾਰਲੀਮੈਂਟ ਕਮ ਇਨ ਫੋਰਮੇਸ਼ਨ? ਇਟ ਵਾਜ਼ ਇਨ ਸਰਬੱਤ ਖਾਲਸਾ ਆਫ 2015, ਰੈਜ਼ੋਲੂਸ਼ਨ ਨੰਬਰ 5। ਦਿਸ ਰੈਜ਼ੋਲੂਸ਼ਨ ਸਟੈਂਡਸ ਐਜ ਏ ਮਾਈਲਸਟੋਨ ਐਜ਼ ਸਰਬੱਤ ਖਾਲਸਾ ਕ੍ਰੀਏਟਿਡ ਦੀ ਵਰਲਡ ਸਿੱਖ ਪਾਰਲੀਮੈਂਟ ਟੂ ਰੈਪ੍ਰਜ਼ੈਂਟ ਗਲੋਬਲ ਸਿੱਖਸ ਅੰਡਰ ਦੀ ਰੇਨ ਆਫ ਅਕਾਲ ਤਖਤ ਸਾਹਿਬ। ਇਟ ਡਾਇਰੈਕਟਿਡ ਦੀ